ਪਹਿਲਾਂ ਟਚਿੰਗ ਮਚਿੰਗ ਕਰਾ ਕੇ ਬੰਦਾ ਸੋਹਣਾ ਹੀ ਬਹੁਤ ਲੱਗਦਾ। ਅੱਜ ਨਹੀਂ ਰਹਿਣੀ, ਅੱਜ ਤਾਂ ਸਪੀਡਾਂ ਸਲੋ ਹੋ ਗਈਆਂ ਮੇਰੀਆਂ, ਕੁੜੀ ਲੈ ਬਹਿਣ ਲੱਗੇ ਬੰਦੇ। ਰੌਲਾ ਨਾ ਪਾਇਆ ਕਰੋ ਸਾਲੇ, ਸਮਾਨ ਚ ਹੀ ਖੜਨਾ ਪਿੰਡ ਆਪਾਂ। ਸਾਰਿਆਂ ਨੂੰ ਲੈ ਵੀ ਮਿੱਤਰਾ, ਉੱਠ ਪਏ ਯਾਰ ਹੋਣੀ, ਮੈਂ ਉੱਠੇ ਆਪਣਾ ਗਿਆ 7 ਵਜੇ ਤੇ ਪਾਣੀ ਪੂਣੀ ਕੀਤਾ ਗਰਮ ਕਰਕੇ, ਮਾੜੀ ਮੋਟੀ ਕਰਕੇ ਸੈਰ ਸਪਾਟਾ ਜਿਹਾ ਫਲੈਟ ਦੇ ਵਿੱਚ ਹੀ, ਬਾਹਰ ਨਹੀਂ। ਮੈਂ ਨਹਾਈਏ ਧੋਈਏ ਤੇ ਹੋਈਏ ਤਿਆਰ, ਕਿਉਂਕਿ ਆਪਾਂ ਤੁਹਾਨੂੰ ਕੱਲ੍ਹ ਦੱਸਿਆ ਕਿ ਆਪਾਂ ਜਾਣਾ ਵਾ ਸ਼ੂਟਿੰਗ ਰਹੀ ਅਤੇ ਉਹ ਚੀਜ਼ ਕਰਨੀ ਪਹਿਲੀ ਵਾਰ, ਅਤੇ ਮੈਂ ਚੱਲ ਤੁਹਾਨੂੰ ਸਾਰਾ ਹੀ ਬਲੌਗ ਕੱਢ ਕੇ ਦੇਵਾਂ ਉਸ ਚੀਜ਼ ਦਾ, ਹੈ ਨਾ। ਅਤੇ ਨਹਾ ਧੋ ਕੇ ਨਿਕਲਦੇ ਹਾਂ ਫਿਰ, ਨਾਲ ਦੇ ਉਠਾਈਏ ਸੱਜਣ ਨੂੰ, ਹੈ ਬਾਕੀ ਦੋਸਤ ਜਿੰਦੇ ਸਾਡੇ ਗਏ ਕੇ ਪਾਸੇ, ਉਹਨਾਂ ਨੇ ਕਿਹਾ ਸੀ 9 ਵਜੇ ਆਵਾਂਗੇ ਅਤੇ 9 ਵਜੇ ਕਹਿ ਗਏ ਆਵਾਂਗੇ 10-11 ਵਜੇ, ਹੈ ਨਾ। ਆ ਜਾਓ ਫਿਰ ਆਪਾਂ ਨਹਾਈਏ। ਭਰਾ ਹੋ ਗਏ ਕਹਿੰਦੇ ਮੁੰਡੇ ਰੈਡੀ ਸ਼ੈਡੀ, ਅਤੇ ਚਲੀਏ ਰਾਣੀ ਸੁੰਦਰਾ ਵਾਂਡੀ ਸੈਨ ਤਾਂ। ਵੈਸੇ ਤੇ ਮੁੰਡਾ ਬਹਿ ਧਮਾਉਣੀ ਪਊਗੀ, ਪਰ ਲੋੜ ਨਹੀਂ ਭਰਾ। ਨਹਾ ਧੋ ਗਏ ਯਾਰ ਹੁਣੀ ਨਿਕਲ ਪਏ ਜੀ, ਅੱਜ ਸ਼ਹਿਰ ਸੋਨਾ ਸੋਨਾ ਜੀ, ਅੱਜ ਕਹਿੰਦੇ ਵੀਕਐਂਡ ਆ, ਸ਼ਨੀਵਾਰ ਹੈ ਨਾ, ਸਨਿਚਰਵਾਰ ਹੀ ਅੱਜ ਸਨਿਚਰਵਾਰ, ਅਤੇ ਬੰਦੇ ਸਾਡੇ ਤੱਕ ਆਏ ਨਹੀਂ, ਕੋਈ ਨਾਮੋ ਨਿਸ਼ਾਨੀ, ਨਾ ਕੋਈ ਫੋਨ, ਨਾ ਕੋਈ ਮੈਸੇਜ, ਚਿੱਲ ਮੋੜ ਦੇ ਬੰਦੇ ਚੱਲਣ ਦੇ ਯਾਰ। ਲੈ ਜੀ ਮਿੱਤਰੋ ਵੇਖੋ ਸਟੀਅਰਿੰਗ ਹੁੰਦਾ ਜੀ, ਕੱਲ੍ਹ ਦੇ ਰਾਤ ਪਈ ਉਦੋਂ ਤੁਹਾਨੂੰ ਖਾਇਆ ਸੀ, ਅਤੇ ਐਂ ਜਮਾ ਓਕੇ ਰਿਪੋਰਟ ਕਰਤਾ ਵੀ ਬੰਦਿਆਂ ਨੇ, ਹਜੇ ਇਹਦਾ ਕੰਮ ਥੋੜ੍ਹਾ ਕਰਾਉਣ ਵਾਲਾ, ਇੱਥੇ ਮਾੜੀ ਜੀ ਨਾ ਆਹ ਚੀਜ਼ 'ਤੇ ਥੋੜ੍ਹੀ ਮੈਲ ਜੀ ਜੰਮੀ ਆ, ਅਤੇ ਮੈਲ ਕਦੀ ਕਿਸੇ ਰੰਗ ਜਿਹਾ ਉੱਡਿਆ, ਉਹ ਕਹਿੰਦਾ ਵੀ ਬਾਈ 2-4 ਘੰਟੇ ਲੱਗਣੇ ਆ, ਇਹ ਤੁਹਾਨੂੰ ਚੇਂਜ ਕਰ ਦਾਂਗੇ, ਕਿਉਂਕਿ ਇਹਦੇ ਵਿੱਚ ਹੈਗਾ ਵਾ ਆਪਣਾ ਏਅਰਬੈਗ, ਅਤੇ ਉਹਦਾ ਕਰਕੇ ਬੜੇ ਤਰੀਕੇ ਨਾਲ ਚੇਂਜ ਕਰਨਾ ਪੈਣਾ ਤੁਹਾਨੂੰ, ਅਤੇ ਕਹਿੰਦਾ ਉਹਦੇ ਲਈ ਟਾਈਮ ਚਾਹੀਦਾ। ਤਾਂ ਮੈਂ ਕੋਈ ਨਹੀਂ ਜਿੱਦਣ ਕਦੇ ਫੇਰ ਆਵਾਂਗੇ ਉੱਦਣ ਕਰਾ ਲਾਂਗੇ, ਪਰ ਫਿਲਹਾਲ ਤਾਂ ਬਹੁਤ ਸੋਹਣਾ ਕੀਤਾ ਕੰਮ। ਲੈ ਵੀ ਮਿੱਤਰਾ ਗੁਰੂ ਮਹਾਰਾਜ ਦਰਸ਼ਨ ਮਿਲੇ ਆਪਾਂ ਕਰ ਲਏ ਜੀ, ਅਤੇ ਅੱਗੇ ਵੀ ਗੇਰਾਂ ਬੜੀ ਵੀਰ ਪੁੱਛਦੇ ਹੁੰਦੇ ਬਾਈ ਨਾ ਪੋਜ਼ਿਟਿਵ ਕਿੱਦਾਂ ਰਹਿੰਦੇ ਜੀ, ਨਹੀਂ ਹੱਸਦੇ ਖੇਡਦੇ ਕਿੱਦਾਂ ਰਹਿੰਦੇ ਜੀ। ਹੁਣ ਮੇਰੀ ਜਦੋਂ ਆਪਾਂ ਸਵੇਰੇ ਨਹਾ ਧੋ ਗੁਰੂ ਮਹਾਰਾਜ ਦੇ ਘਰ ਜਾਂਦੇ ਹਾਂ ਨਾ, ਅਤੇ ਪਾਠ ਕਰਦੇ ਹਾਂ ਨਾ, ਐਟੋਮੈਟਿਕਲੀ ਆਪਣਾ ਜਿਹੜਾ ਨਾ ਮਨ ਬੜਾ ਵਧੀਆ ਆ ਜਾਂਦਾ, ਹੈ ਨਾ। ਮਤਲਬ ਕਿ ਉਹ ਫੀਲਿੰਗ ਹੀ ਹੋਰ ਹੋ ਜਾਂਦੀ ਸਾਰੇ ਦਿਨ ਦੀ, ਹੈ ਨਾ। ਇੱਕ ਬੰਦੇ ਨੂੰ ਕਿਉਂਕਿ ਰੱਬ ਨੇ ਆਪਾਂ ਨੂੰ ਭੇਜਿਆ, ਉਹਦਾ ਇੱਕ ਸਾਰਾ ਥਾਪੜਾ ਜਿਹਾ ਮਿਲ ਜਾਂਦਾ ਕਿ ਬਾਅਦ 'ਚ ਹੁਣ ਪਰਵਾਹ ਹੀ ਨਹੀਂ ਕੋਈ, ਹੈ ਨਾ, ਜਿੱਥੇ ਮਰਜ਼ੀ ਤੁਰੇ ਫਿਰੇ ਜੋ ਮਰਜ਼ੀ ਕਰੀ ਜਾਈਏ, ਹੈ ਨਾ, ਕਿ ਉਹ ਚੀਜ਼ ਹੀ ਹੋ ਜਾਂਦੀ, ਹੈ ਨਾ। ਅਤੇ ਉਹਨੇ ਆਪਾਂ ਨੂੰ ਭੇਜਿਆ, ਉਹਦਾ ਆਪਾਂ ਜੇ ਸ਼ੁਕਰਾਨਾ ਵੀ ਕਰਨ ਨਹੀਂ ਜਾਂਦੇ ਤਾਂ ਫਿਰ ਔਖਾ, ਹੈ ਨਾ। ਜਾਇਆ ਕਰੋ ਮੇਰੇ ਭਰਾ, ਜਿਹੜੇ ਮੈਨੂੰ ਫੋਲੋ ਕਰਦੇ ਆ ਨਾ, ਆਪਾਂ ਨੂੰ ਵੇਖਦੇ ਤੁਸੀਂ, ਅਤੇ ਆਪਾਂ ਤੁਹਾਨੂੰ ਉਹ ਚੀਜ਼ਾਂ ਜ਼ਰੂਰ ਦੱਸੀਦੀਆਂ ਜਿਹੜੀਆਂ ਮੈਂ ਜ਼ਿੰਦਗੀ 'ਚ ਆਪਣੇ ਖੁਦ ਕਰਦਾ, ਹੈ ਨਾ। ਅਤੇ ਹੁਣ ਵੀ ਆ ਜਿਹੜੀ ਗੱਡੀ 'ਤੇ ਬੈਠੇ ਹਾਂ, ਇਹ ਉਹ ਮਾਲਕ ਦੀ ਮੇਰਾ ਰਹਿਮਤਾਂ ਨਾ, ਹੈ ਨਾ। ਇੰਨੇ ਦੇ ਕਦੀ ਚੀਜ਼ਾਂ ਸੋਚੀਆਂ ਵੀ ਨਹੀਂ ਜੋ ਮਾਲਕ ਨੇ ਦੇ ਤਾ, ਅਤੇ ਹਰ ਰੋਜ਼ ਆ ਕੇ ਜਦੋਂ ਸ਼ੁਕਰਾਨਾ ਕਰੀਦਾ ਸੱਚਾ ਪਾਤਸ਼ਾਹ, ਇਹ ਸਭ ਕੁਛ ਤੇਰੀਆਂ ਮੇਰਾ ਰਹਿਮਤਾਂ ਨਾ, ਅਤੇ ਹੈਗਾ ਵੀ ਉਹਦੀ ਮੇਰਾ ਰਹਿਮਤਾਂ ਨਾ। ਬੰਦੇ ਦੀ ਕੋਈ ਕਾਦਰ ਨਹੀਂ ਹੁੰਦੀ ਜਾਣ, ਆਪਣੇ ਅੱਲੇ ਪੱਲੇ ਕੁਛ ਨਹੀਂ ਹੈਗਾ, ਆਪਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਆਪਣਾ ਆਹ ਸਾਹ ਇੱਥੇ ਬੈਠਾ ਗੱਲਾਂ ਕਰਨ ਡਿਆ, ਅਗਲਾ ਸਾਹ ਆਉਣਾ ਕਿ ਨਹੀਂ ਆਉਣਾ, ਆਪਾਂ ਕਿੰਨਾ ਅੱਗੇ ਦਾ ਸੋਚਦੇ ਹਾਂ, ਆਹ ਕਰਨਾ ਜੇ ਕਰਨਾ ਵੋ ਕਰਨਾ, ਹੈ ਨਾ। ਅਤੇ ਆਪਾਂ ਤਾਂ ਮੈਂ ਤਾਂ ਛੱਡਿਆ ਹੀ ਉਹ ਸਾਰਾ ਮਾਲਕ ਦੇ ਸੱਚਿਆ ਪਾਤਸ਼ਾਹ, ਤੁਸੀਂ ਕਰਨਾ, ਤੁਸੀਂ ਕਰਦੇ ਪਏ ਜੇ, ਅੱਗੇ ਜਿੰਨੇ ਸਾਹ ਰਹਿ ਗਏ ਆਪਾਂ ਨੂੰ ਤਾਂ ਪਤਾ ਨਹੀਂ, ਜਿੰਨੇ ਸਾਹ ਰਹਿ ਗਏ ਤੁਸੀਂ ਕਢਾਉਣੇ, ਕਿੱਦਾਂ ਕਢਾਉਣੇ ਤੁਹਾਨੂੰ ਪਤਾ, ਹੈ ਨਾ। ਅਤੇ ਜ਼ਰੂਰ ਜਾਇਆ ਕਰੋ ਮੇਰੇ। ਲੈ ਵੀ ਮਿੱਤਰਾ ਰਾਣੀ ਦੀ ਕਰਾਤੀ ਟਿੰਕੀ ਫੁੱਲ, ਸਤਾਜੀ ਹੋ ਗਏ ਜੇ ਕਰਿਓ ਚੈੱਕ, ਆ ਗਏ ਨਾ ਕਰਤਾ ਵੇ ਆ ਗਏ। ਲੈ ਵੀ ਮਿੱਤਰਾ ਗੱਲ ਇੱਦਾਂ ਵਾ ਕਿ ਸਾਡੇ ਬੰਦੇ ਹਜੇ ਤੱਕ ਨਹੀਂ ਆਏ, ਅਤੇ ਫਿਰ ਮੈਂ ਤਾਂ ਕਾਲੀ ਭਾਣੇ ਕੀਤੀ ਸਲਾਹ ਕਿ ਮੱਠੀ ਮੱਠੀ ਕੌਫੀ ਹੋ ਜੇ, ਕੌਫੀ ਪੀ ਕੇ ਅਤੇ ਫਿਰ ਚੱਲਾਂਗੇ ਸ਼ੂਟਿੰਗ ਰੇਂਜ 'ਤੇ।
ਬੰਦੇ ਆ ਜਾਂਦੇ ਫਿਰ ਗੱਲ ਬਣ ਰਹੀ ਆ, ਅਸੀਂ ਦੋਵੇਂ ਬੈਠੇ ਹਾਂ ਇੱਕ ਦੂਜੇ ਦੇ ਮੂੰਹ ਵਾਲੇ ਵੇਖੀ ਜਾਂਦੇ ਹਾਂ। ਇਸ ਵੇਲੇ ਤਾਂ ਕੋਈ ਰੌਣਕ ਮੇਲਾ ਜਿਹਾ ਵੀ ਨਹੀਂ ਹੈਗਾ ਕਾਲੀ ਵੀਰ, ਕੰਮ ਢਿੱਲਾ ਜਿਹਾ ਲੱਗਦਾ ਇਸ ਵੇਲੇ। ਨੈਪਕਿਨ ਦੋ ਥਲੀ ਦੀ ਕਾਫੀ ਡੋਲ ਜਿਹੜੀ ਕੁੜੀ ਆ ਜੀ ਕਿ ਮੰਨਾ ਲਾਡੀ ਨਹੀਂ ਆਏ ਅਤੇ ਆਪਾਂ ਚੱਲੇ ਹਾਂ ਰੇਂਜ 'ਤੇ, ਉੱਥੇ ਜਾ ਕੇ ਵੇਖਦੇ ਕੀ ਮਾਹੌਲ ਚੱਲ। ਪਹਿਲੀ ਵਾਰ ਮੈਂ ਚੱਲੇ ਹਾਂ ਤਾਂ ਮੈਂ ਚਲੋ ਤੁਹਾਡੇ ਨਾਲ ਇਹ ਚੀਜ਼ ਦਾ ਵਲੋਗ ਸ਼ੇਅਰ ਕੀਤਾ ਜਾਵੇ ਅਤੇ ਗੱਡੀ ਆਪਾਂ ਵਾਸ਼ਿੰਗ 'ਤੇ ਲਾ ਜਾਣੀ ਆ, 2-3 ਵਜੇ ਤੱਕ ਵਾਪਸ ਆਵਾਂਗੇ ਜਦੋਂ ਗੱਡੀ ਲਿਸ਼ਕਾਂ ਪੁਸ਼ਕਾਂ ਇਹਨਾਂ ਨੇ ਮਰਾ ਦੇਣੀਆਂ ਅਤੇ ਉਸ ਤੋਂ ਬਾਅਦ ਫਿਰ ਜਿਮ 'ਚੋਂ ਮਿਲਾਵਾਂਗੇ ਇੱਥੇ। ਪਰ ਇਹ ਕਿ ਇਹ ਚੀਜ਼ ਦਾ ਮੈਨੂੰ ਥੋੜ੍ਹਾ ਜਿਹਾ ਚਾਅ ਜਿਹਾ ਹੈਗਾ ਵਾ, ਹੈ ਨਾ, ਤਾਂ ਕਰਕੇ ਮੈਂ ਚੱਲ ਤੁਹਾਡੇ ਨਾਲ ਇਹ ਚੀਜ਼ ਦਾ ਵਲੋਗ ਬਣਾ ਕੇ ਸ਼ੇਅਰ ਕਰਦੇ, ਫਿਰ ਤੁਹਾਨੂੰ ਦੱਸੂਗੇ ਜੇ ਵਧੀਆ ਲੱਗਾ ਨਹੀਂ ਵਧੀਆ ਲੱਗਾ ਉਹ ਸਾਰੀ ਚੀਜ਼ ਆਪਾਂ ਕਰਾਂਗੇ ਗੱਲਾਂ ਬਾਤਾਂ ਉਸ ਚੀਜ਼ 'ਤੇ। ਅਤੇ ਫਿਲਹਾਲ ਚੱਲਦੇ ਹਾਂ ਆਪਾਂ। ਹਾਂ ਜੀ, ਕਿਹਦੇ ਕੌਣ ਆ ਗਿਆ, ਕੀ ਹਾਲ ਜੇ, ਠੀਕ ਠਾਕ, ਕੈਮ ਨਹੀਂ ਹੈ ਨਹੀਂ ਤੁਹਾਨੂੰ ਕੈਮ ਕਰ ਦਿੰਦੇ ਹਾਂ। ਉਹ ਯਾਰ ਫਿਰ ਜੇ ਪੈ ਖਾਉੜੀ ਤਾਂ ਫਿਰ ਖਾਣ ਨੂੰ ਵੀ ਕਰਾਇਆ ਜੀ, ਕੀ ਕਹਿੰਦੇ ਇਹਨੂੰ ਜਿਹੜਾ ਕੱਲ੍ਹ ਖਵਾਇਆ ਰੋਲ ਜਿਹਾ, ਸਿਸ ਰੋਲ ਕੁੜੀਆਂ ਸਵਾਦ ਹੀ ਬੜਾ, ਅੱਜ ਫਿਰ ਜਾਣਾ ਪੈਣਾ ਉੱਧਰ ਨੂੰ ਲੱਗਦਾ। ਮੈਨੂੰ ਭਰਾ ਨੇ ਆਪਣੇ ਨਾਲ ਕਰ ਲੈਣਾ ਲੱਗਦਾ, ਜਿੱਦਾਂ ਮੈਂ ਆਪਣੇ ਤੁਹਾਨੂੰ ਆਪਣੇ ਕਰ ਲਿਆ ਨਾ, ਇੱਧਰ ਵੀ ਕੰਮ ਲੱਗਦਾ ਜੇ ਰਹਿ ਗਏ ਨਾ ਦੱਕ ਦੇਣ ਇੱਥੇ ਤਾਂ ਮੀਟ ਮੂਟ ਜਿਹਾ ਵੱਧ ਜਾਣਾ, ਫਿਰ ਸਪੇਸ ਰੋਲ ਉਹ ਚੱਲਿਆ ਕਰਨੇ ਉਹਦੇ। ਯਾਰ ਕਿੰਨਾ ਨਜ਼ਾਰਾ ਜਿਹਾ ਆਉਂਦਾ, ਕਿਤੇ ਚੱਲੀਏ ਲੌਂਗ ਟੂਰ 'ਤੇ ਗੁਰੂਆ, ਇੱਧਰ ਵੇ ਕਾਹਨੂੰ ਗੱਲਾਂ ਹੀ ਆ ਪਈਆਂ ਉਹਦੇ, ਇਹੋ ਜਿਹਾ ਚੱਲੀਏ ਜਿੱਥੇ ਬਰਫ਼ ਬਰਫ਼ ਪੈਣ ਡੀ ਆ, ਹੈਂ ਮਨਾਲੀ, ਮਨਾਲੀ ਚੱਲ ਜਾਈਏ, ਜੰਟ ਲਓ ਜੀ ਚੱਲ ਜਾਈਏ, ਇੱਕ ਤਾਂ ਆਪਾਂ ਨੂੰ ਪੈਂਦਾ ਲੱਗ ਗਿਆ ਅਨੰਦਪੁਰ ਸਾਹਿਬ ਦੇ ਮੇਲੇ ਤੋਂ ਬਾਅਦ, ਵੇਖ ਲਾਂਗੇ ਸ਼੍ਰੀਨਗਰ ਦਾ ਥੋੜ੍ਹੇ ਦਿਨਾਂ ਲਈ, ਮੈਨੂੰ ਘੁਮਾ ਲਿਓ ਹੈਂ। ਨਹੀਂ ਇੰਨੀ ਲਾਗੇ ਨਹੀਂ ਜਾਣਾ, ਫਿਰ ਮਜ਼ਾ ਨਹੀਂ ਨਾ ਆਉਣਾ, ਥੋੜ੍ਹਾ ਦੂਰ 'ਤੇ ਖੜੋ ਹੈਂ, ਜਿੱਥੇ ਮਰਜ਼ੀ ਲੈ ਜਾਓ, ਨਵੀਂ ਗੱਡੀ ਵਿਚਾਰੀ ਬੜਕਾ ਮਾਰਦੀ, ਕਹਿੰਦੀ ਲੈ ਜਾਓ, ਮੈਂ ਤੁਹਾਨੂੰ ਕਹਿੰਦਾ ਕਹਿੰਦੀ ਲੈ ਜਾਓ ਮੈਨੂੰ, ਕਹਿੰਦੇ ਮਿੱਤਰਾ ਕਹਿੰਦੇ ਮੁੰਡੇ ਪਹੁੰਚ ਗਏ ਜੇ ਰੇਂਜ 'ਤੇ, ਹੈਗੀ ਗੱਲਬਾਤ ਸਾਡੇ ਬੰਦੇ ਦੀ ਗੁਰੂਆ, ਅਸੀਂ ਕਹਿੰਦੇ ਅਸੀਂ ਨਹੀਂ, ਪਰ ਹੈਗੀ ਗੱਲਬਾਤ, ਗੱਲਬਾਤ ਉਹ ਗੱਲਬਾਤ ਜਾਂਦੀ ਜੀ, ਦੋ ਛੋਟੇ ਮਾਰੇ ਦੋਵੇਂ ਜਿਹੜਾ ਚਕੁੱਲਾ ਠਾ। ਚੱਲ ਬਈ ਚੱਲ ਵੇ ਭਾਈ ਚੱਲੀਏ, ਰੱਖੋ ਸੱਜ ਸਮਾਨ, ਹਫ਼ਤੇ ਹਫ਼ਤੇ ਬਾਅਦ ਆਪਾਂ ਆਇਆ ਕਰਨਾ ਪੱਕਾ ਜੀ। ਚੱਲ ਭਾ ਚੱਲੀਏ, ਇਹਨੇ ਸਟਾਕ ਲੈ ਲਿਆ, ਅਗਲੇ ਇੱਕ ਇੱਕ ਤੇ ਇੱਕ ਪੂਰੇ, ਅਗਲੇ ਹਫ਼ਤੇ ਦਾ ਸਟਾਕ ਲੈ ਲਿਆ ਆਪਾਂ, ਨਹੀਂ ਅੱਜ ਪਹਿਲੇ ਦਿਨ ਦੇ ਹਿਸਾਬ ਨਾਲ ਮੇਰੀ ਪਰਫਾਰਮੈਂਸ ਕਿੱਦਾਂ ਸੀ, ਫੁੱਲੀ ਐਸ ਓਕੇ ਰਿਪੋਰਟ ਨਾ ਮਾਰੇ 20 ਚੁੱਕ ਦੇ ਸਾਰਾ 18 ਮਾਰਦੇ, ਕਾਹਨੂੰ ਗੱਲਾਂ ਆ ਗਈਆਂ। ਚਲੋ ਭਾਈ ਚੱਲੀਏ, ਤਾਂ ਵੀ ਇਹ ਗੇਮ ਆਪਾਂ ਪੱਕੀ ਅਪਣਾ ਲੈਣੀ ਹੁਣ। ਚਲੋ ਜੀ, ਭੁੱਖ ਲੱਗੀ ਬਹੁਤ ਜ਼ਿਆਦੀ, ਚੱਲੀਏ ਪਟਿਆਲੇ ਸ਼ਹਿਰ ਤਾਂ ਖਾਈਏ ਵੀ, ਖਾਈਏ ਵੀ ਕੁਛ, ਭੁੱਖ ਬਹੁਤ ਜ਼ਿਆਦੀ ਲੱਗੀ, ਬਹੁਤ ਜ਼ਿਆਦਾ ਜਿਹਨੂੰ ਕਹਿ ਦਈਏ ਕਮੀ ਪੇਸ਼ੀ ਨਹੀਂ, ਸਵਾਦ ਆ ਗਿਆ। ਇਹ ਮੇਰੀ ਗੇਮ ਰਖਾ ਦਿਓ ਹੁਣ ਤੁਸੀਂ, ਇਹ ਗੇਮ ਰਖਾ ਦਿਓ ਮੇਰੀ, ਗੇਮ ਪੱਕੀ ਰਖਾ ਦਿੰਦੇ ਤੁਹਾਡੀ, ਨਹੀਂ ਸੱਚੀ ਕਹਿੰਦਾ ਮੈਨੂੰ ਬਹੁਤ ਵਧੀਆ ਲੱਗਾ, ਬਸ ਇਹ ਕਿ ਮਤਲਬ ਗੇਮ ਥੋੜ੍ਹੀ ਜਿਹੀ ਮਹਿੰਗੀ ਜ਼ਰੂਰ ਆ, ਆਪਣੇ ਏਰੀਆ ਵੀ ਬਣਨ ਦੀ ਰੇਂਜ ਇੱਕ ਸੁਲਤਾਨਪੁਰ ਲੋਧੀ। ਅੱਛਾ, ਹੋਰ ਹੋਰ ਨਹੀਂ, ਪਰ ਮੈਂ ਜਿਹੜੇ ਜਿੱਥੇ ਬੈਠੇ ਸੀ ਸੋਚੀ ਕਿ ਚੰਡੀਗੜ੍ਹ 'ਤੇ ਆਈਦਾ, ਅਤੇ ਹਫ਼ਤੇ 'ਚ ਕਿਹੜਾ ਇੱਕ ਭਾਜੀ ਦਾ ਇੱਕ ਕਿਹੜਾ ਇੱਥੇ ਲਾ ਜਾ ਕਰੀਏ, ਨਾਲੇ ਵਧੀਆ ਨਹੀਂ ਗੇਮ ਕਰਨੀ, ਸੱਚੀ ਬੜਾ ਸਵਾਦ ਆਇਆ, ਮੈਂ ਸੋਚਿਆ ਨਹੀਂ ਨਿਸ਼ਾਨੇ ਲੱਗਣਗੇ ਮੇਰੇ ਕੋਲ, ਨਹੀਂ ਪਰ ਮਤਲਬ ਹੈਗੀ ਗੱਲਬਾਤ ਹੈਗੀ, ਪਲੇ ਕਰੂ ਮੇਰੇ ਹੈਗੀ, ਚਲੋ ਵੀਰ ਗੇਮ ਇਹਦੀ ਤਾਂ ਹੈਗੀ ਹੈਗੀ, ਬਹੁਤ ਜ਼ਿਆਦਾ ਹੈਗੀ, ਸਾਡੇ ਹਿਸਾਬ ਨਾਲ ਸਾਡੇ 'ਚ ਇੰਨੇ ਲੱਗਦਾ ਕਿ ਇੰਨੀ ਨਹੀਂ ਹੋਊਗੀ, ਮੈਂ ਵੀ ਸੋਚਿਆ ਜਿੰਨੇ ਭੜਕਾ ਦੇ, ਮੈਂ ਵੀਰ ਦੀ ਇੱਧਰ ਰੱਖੀ ਉੱਥੇ, ਪੂਰੀ ਇੱਜ਼ਤ ਰੱਖੀ ਪੂਰੀ, ਹੈ ਨਾ, ਪੂਰੀ ਪੂਰੀ ਪੂਰੀ, ਇਹਨੇ ਸੋਚਿਆ ਨਹੀਂ ਵੀਰ, ਕਹਿੰਦਾ ਕਿ ਜਦੋਂ ਮੈਂ ਪਹਿਲੀ ਵਾਰ ਗੇਮ ਸ਼ੁਰੂ ਕੀਤੀ ਉਦੋਂ ਇੰਨੇ ਲੱਗੇ ਨਹੀਂ, ਕਿੰਨੇ ਲਾਏ ਤੁਸੀਂ ਪਹਿਲੀ ਵਾਰ? ਪਹਿਲੀ ਵਾਰ ਜਦ ਮੈਂ ਆਇਆ ਤੇ ਉਦੋਂ ਨਾ ਦੂਜੀ ਇੱਕ ਡਬਲ ਟ੍ਰੈਪ ਹੁੰਦੀ ਆ, ਅੱਛਾ, ਮੈਂ ਉਹ ਚਲਾਈ ਤੇ ਮੇਰਾ ਭਰਾ ਸੀਗਾ ਵੱਡਾ, ਉਹਨਾਂ ਨੇ ਮੈਨੂੰ ਸ਼ੁਰੂ ਕਰਾਈ ਤੇ ਉਦੋਂ ਮੈਂ ਨਾ 70-80 ਚੋਂ ਇੱਕ ਜਾ ਕੇ ਵੱਜਾ ਮੇਰਾ, ਅੱਛਾ, ਪਹਿਲਾਂ ਉਹ ਵੀ ਆਖੇ ਕਿ ਤੂੰ ਚਲਾਈ ਜਾ ਚਲਾਈ ਜਾ ਜਦ ਤੇ ਪਹਿਲਾਂ ਨਹੀਂ ਵੱਜਦਾ,
ਤੇ ਮੈਂ ਮੈਂ ਸਾਨੂੰ ਤੁਸੀਂ ਜਦੋਂ ਦੱਸਿਆ ਮੈਨੂੰ ਕਿ ਇੱਦਾਂ ਕਰਕੇ ਗੱਲ ਦੇ ਨਾਲ ਰਫਲ ਲਾਉਣੀ ਆ ਏਦਾਂ ਕਰਕੇ ਅੱਜ ਗੱਲ ਕਰਨਾ ਤੇ ਛੇਤੀ ਬਹੁਤ ਛੇਤੀ ਤੁਹਾਡੇ ਹੱਥ ਤੇ ਚੜ ਜਾਣੀ ਗੱਲ ਹੁਣ ਉਸ ਗੱਲ ਦੇ 6 ਮਹੀਨੇ ਬਾਅਦ ਮੇਰੇ ਨੈਸ਼ਨਲ ਸੀਗੇ ਤੇ 25 ਦਾ ਰਾਊਂਡ ਨਹੀਂ ਹੁੰਦਾ ਮੇਰੇ ਪਹਿਲੇ 2 ਮਿਸ ਹੋਏ ਤੇ ਬਾਕੀ 23 ਦਾ 30 ਬੜਕੇ ਮੈਂ ਕਹਨੂੰ ਗੱਲਾਂ ਲੈ ਮੈਂ ਤੇਰਾ ਆਪਾਂ ਗੇਮ ਕਰਨ ਲੱਗੇ ਸ਼ੁਰੂ ਬਾਬੇ ਦਾ ਲੈ ਕੇ ਨਾ ਮੈਨੂੰ ਬਹੁਤ ਜ਼ਿਆਦਾ ਸਵਾਦ ਆਇਆ ਬਸ ਇਹ ਕਿ ਮਹਿੰਗੀ ਆ ਗੇਮ ਰੌਂਦ ਮਹਿੰਗੀ ਰਫਲ ਮਹਿੰਗੀ ਆਉਣ ਜਾਣ ਦਾ ਖਰਚਾ ਤੁਹਾਨੂੰ ਕੀ ਆਉਂਦੀ ਆ ਨਹੀਂ ਨਹੀਂ ਤੇ ਟਾਈਮ ਵੀ ਕੱਢਣਾ ਪੈਣਾ ਤੇ ਸ਼ੌਂਕ ਵੀ ਇਸ ਚੀਜ਼ ਦਾ ਬੰਦੇ ਨੂੰ ਚਾਹੀਦਾ ਫਿਰ ਹੀ ਗੇਮ 'ਚ ਹੁੰਦੀ ਹੈ ਜਿਹੜੀ ਅਤੇ ਕੋਈ ਨਹੀਂ ਕਰਦੇ ਸ਼ੁਰੂ ਅਗਲੇ ਹਫ਼ਤੇ ਫਿਰ ਆਵਾਂਗੇ ਮਿੱਤਰੋ ਮੈਂ ਵੀ ਮਿੱਤਰਾ ਕਹਿੰਦੇ ਮੁੰਡੇ ਮੋਹਾਲੀ ਪਹੁੰਚ ਚੁੱਕੇ ਜੀ ਤੇ ਮੈਂ ਪੰਪ ਪੰਪ ਦੇ ਕੇ ਉਹਨੂੰ ਮਾਲੀ ਲੈ ਗਏ ਆ ਮੈਨੂੰ ਕਹਿੰਦੇ ਰਾਹ 'ਚ ਰੁਕਣਾ ਆਹ ਕਰਨਾ ਜੇ ਕਰਨਾ ਉਹ ਕਰਨਾ ਤੂੰ ਭੁੱਖ ਤਾਂ ਬੜੀ ਲੱਗੀ ਸੀ ਪਰ ਯਾਰ ਹੁਣ ਖਾਣੀ ਡਾਇਟ ਅਤੇ ਡਾਇਟ ਦੇ ਚੱਕਰ ਦੇ ਵਿੱਚ ਮੈਂ ਉਹਨਾਂ ਨੂੰ ਕਰਦਿਆਂ ਕਰਾਉਂਦਿਆਂ ਮਾਰਕੀਟ 'ਚ ਲੈ ਗਏ ਹਾਂ ਜਿੱਥੇ ਅਸੀਂ ਡਾਇਟ ਲਈ ਚੀਜ਼ਾਂ ਨੂੰ ਮਿਲ ਜਾਣੀਆਂ ਅਤੇ ਸੋ ਮਿਲੀ ਜਾਂਦੇ ਭੁੱਖ ਮੇਰੇ ਕੋਲ ਨੰਬਰ ਨਹੀਂ ਹੈਗਾ ਜੀ ਕਰਦਾ ਰਾਹ 'ਚੋਂ ਔਡਰ ਕਰਦਾ ਫਿਰ ਜਾ ਕੇ 10-15 ਮਿੰਟ ਵੇਟ ਕਰਨੀ ਪੈਣੀ ਚਲੋ ਕੋਈ ਨਹੀਂ ਅੱਜ ਲੀਵਰ ਵੀ ਆਉਂਦਾ ਨਾ ਕੀ ਹੋ ਗਿਆ ਢਿੱਲੋ ਆ ਅੱਗੇ ਕਹੀ ਦਾ ਕੀ ਤਰੀ ਸਾਡੇ ਨਾਲ ਇੱਥੋਂ ਸ਼ਾਇਦ ਲੈਫਟ ਹੋਣਾ ਜੀ ਮੈਂ ਵੀ ਮਿੱਤਰਾ ਗੱਲ ਇੱਦਾਂ ਲੀੜਾ ਲੂੜਾ ਮਾਰ ਲਈਆਂ ਯਾਰ ਹੋਣਾ ਨੇ ਅਤੇ ਮਜ਼ਾ ਹੀ ਆਉਣ ਡਿਆ ਜੇ ਆਪਾਂ ਰਿਵਿਊ ਲਈਏ ਆਪਣੇ ਬੰਦੇ ਨੇ ਕੋਈ ਚੀਜ਼ ਦਿੱਤੀ ਸੀ ਮੈਂ ਹਾਲੀ ਵੀਰ ਕਿੱਦਾਂ ਰਿਸਪੋਂਸ ਮਜ਼ਾ ਹੀ ਆ ਜਾਂਦਾ ਹਾਂ ਬਾਈ ਸਵਾਦ ਪੂਰਾ ਓਕੇ ਪੂਰਾ ਮੈਂ ਨਜ਼ਾਰੇ ਵਗੇ ਪਏ ਅਤੇ ਹੁਣ ਕਿਤੇ ਕਾਫੀ ਪੀਣ ਦਾ ਕਦੇ ਹੈਗਾ ਪਲਾਨ ਕੋਈ ਕਿ ਨਹੀਂ ਕਿ ਰੁਕਣਾ ਜੇ ਹਜੇ ਫੋਨ ਚਲਾਉਣਾ ਸੀ 10 ਮਿੰਟ ਆਪਣੇ ਹੋਰ ਕੰਮ ਖਰਾਬ ਹੋ ਜੇ ਚੁਗੁਲਾ ਠਾ ਫਿਰ ਉੱਠ ਲੱਗਿਆ ਤਿਆਰ ਖੜਾ ਬੜਾ ਉਹ ਉਹ ਬਕਸਾ ਮੈਂ ਸਿਰ ਚ ਨਾ ਵੱਜੇ ਕਿਤੇ ਖੁੱਲ ਜਾਂਦਾ ਕੁੜੀ ਕੋਈ ਤੇ ਚੀਜ਼ ਸਾਫ਼ ਸੁਥਰੀ ਰਹਿਣ ਦੋ ਲਾਡੀ ਕਿੱਥੇ ਆ ਲਾਡੀ ਇੱਥੇ ਕੀ ਖਾਣ ਡਿਆ ਲਾਡੀ ਛੱਡਣ ਨੀ ਗਿਆ ਗੱਡੀ ਗੱਡੀ ਜਿਹੜੀ ਲੈ ਗਏ ਪਰਸੋਂ ਦੀ ਭੈਣ ਚ ਦੇ ਵਾਪਸ ਲੈ ਗਏ ਤੂੰ ਕਿਹਦੇ ਕੋਲ ਰਾਤ ਮੈਂ ਫਲੈਟ ਸੀ ਮਾਮਾ ਹੀ ਉਧਰਲਾ ਫਲੈਟ ਖਾ ਲਈ ਸਾਡੇ ਨਾਲ ਉਧਰ ਆ ਜਾ ਕਰੋ ਇਹ ਫਲੈਟ ਕੁੜੀ ਪਰਸੋਂ ਕੁਛ ਹੀ ਰਹਿੰਦੇ ਆ ਕਰੋ ਬੰਦੇ ਕਿਸੇ ਦੀ ਤੁਸੀਂ ਗਏ ਕਿਤੇ ਮੈਂ ਇੱਧਰ ਉੱਧਰ ਅਸੀਂ ਕਿੱਥੇ ਗਏ ਸੀ ਸਾਡੇ ਕੋਲ ਬਲੌਗ ਬਣਿਆ ਭੈਣ ਕੋਲ ਪ੍ਰੂਫ ਗਏ ਤੇ ਤੁਸੀਂ ਲਾਡੀ ਦਾ ਫੋਨ ਆਇਆ ਕਹਿੰਦਾ ਬਲੌਗ ਚ ਕਿਤੇ ਮਾੜਾ ਮੋਟਾ ਨੰਬਰ ਕਿਤੇ ਪੈ ਗਿਆ ਕਿਤੇ ਗੱਲ ਕਰਦੇ ਆ ਲਾਡੀ ਦਾ ਨੰਬਰ ਪਿਆ ਤੇ ਉਹਨੂੰ ਫੋਨ ਕਰ ਕਮਲੇ ਕਰਤਾ ਉਹਦਾ ਮੈਨੂੰ ਫੋਨ ਆਇਆ ਹੁਣ ਬਹੁਤ ਜ਼ਿਆਦਾ ਗਲਤ ਗੱਲ ਆ ਬੰਦੇ ਨੂੰ ਤੰਗ ਪਰੇਸ਼ਾਨ ਕਰਦੇ ਆ ਤੁਸੀਂ ਇੰਨਾ ਦੱਸ ਦੇਣੀ ਜੀ ਕੀ ਕਰਨਾ ਲਾਡੀ ਤੋਂ ਫੋਨ ਕਰਕੇ ਹੈ ਉਹ ਸਾਰੇ ਕਰਨ ਵੀ ਮੁੰਡੇ ਰਹੇ ਆ ਕੁੜੀਆਂ ਫੋਨ ਵੀ ਤਾਂ ਉਹਨਾਂ ਨੇ ਫੋਨ ਨਹੀਂ ਕਰਨਾ ਗਏ ਸਾਰੇ ਮੁੰਡਿਆਂ ਦੇ ਫੋਨ ਹੀ ਉਹਦਾ ਮੈਨੂੰ ਫੋਨ ਆਇਆ ਕਹਿੰਦਾ ਯਾਰ ਨੰਬਰ ਪੈ ਗਿਆ ਕਿਤੇ ਲੱਭਣਾ ਪੈਣਾ ਕਿੱਥੇ ਪਿਆ ਮੈਂ ਵੀ ਮਿੱਤਰਾ ਕਾਫੀ ਸ਼ੋਵੀ ਪੀ ਕਿਤੇ ਯਾਰ ਨਹੀਂ ਨਿਕਲਿਆ ਜੇ ਪਰ ਗੱਲ ਇਹਦਾ ਟੀਚਰ ਹੋ ਗਈ ਹਟਣਾ ਇੱਥੇ ਸਾਡਾ ਇੱਕ ਸੱਜਣ ਸੀ ਤੇ ਉਹ ਬਾਥਰੂਮ 'ਚ ਵੜਿਆ ਸਾਨੂੰ ਲੱਗਾ ਭੁਲੇਖਾ ਕਿਤੇ ਉਹ ਕਿਤੇ ਹੌਲੀ ਕਿਤੇ ਖਿਸ ਗਿਆ ਬਾਹਰ ਨੂੰ
ਅਸੀਂ ਬਾਥਰੂਮ ਦਾ ਗੇਟ ਹੀ ਵੇਖੀ ਕੇ ਹੁਣ ਆਊਗਾ ਹੁਣ ਆਊਗਾ ਤੇ ਉਹ ਦਹਾਂਗੇ ਮਿੰਟਾਂ ਬਾਅਦ ਕੁੜੀ ਅੰਦਰ ਵੜ ਗਈ ਮੈਂ ਭੈਣ ਦੀ ਆ ਅਸੀਂ ਵੇਖੀਏ ਗੁਰੂ ਅਸੀਂ ਬਾਹਰ ਵੇਖਿਆ ਬੰਦਾ ਸਾਡਾ ਬਾਹਰ ਮਜ਼ੇ ਕਰਨ ਡਿਆ ਬਾਹਰ ਖੇਡਦੇ ਵਿੱਚ ਕਾਹਨੂੰ ਗੱਲਾਂ ਕਰਾਉਣ ਡਿਆ ਉਹਦੇ ਗੱਡੀ ਨੀ ਲਿਬੜੀ ਅੱਛੀ ਲੱਗਦੀ ਹੈ ਮੁਝੇ ਮਾਰਦੀ ਨਾ ਚਮਕਾਂ ਦਮਕਾਂ ਰਾਣੀ ਕਾਹਨੂੰ ਗੱਲਾਂ ਕਰਾਉਂਦੇ ਅਸੀਂ ਮਾਰਦੇ ਮਿੱਠੀ ਮਿੱਠੀ ਗੇੜੀ ਜਗਾ ਕੇ ਲੀਟਰ ਵਾਲੀਆਂ ਵੇਖੀਆਂ ਮੱਥਾ ਮੱਠਾ ਹੋਏ ਨਾ ਮੇਰਾ ਯਾਰ ਸੌਂ ਲੱਗੇ ਸਿਰਾ ਹੀ ਕਰਾ ਦਿੱਤਾ ਗੱਡੀ ਏਡੀ ਸੋਹਣੀ ਧੋਤੀ ਨਾ ਗੱਡੀ ਬਹੁਤ ਸੋਹਣੀ ਧੋਤੀ ਉਸਤਾਦ ਮੈਂ ਵੀ ਮਿੱਤਰਾ ਕਾਹਨੂੰ ਗੱਲਾਂ ਕਰਾ ਦੀਆਂ ਕਾਹਨੂੰ ਹੀ ਚੈੱਕ ਕਰੋ ਤੁਸੀਂ ਤੇ ਲੁੱਕ ਰਾਣੀ ਦੀ ਆਹ ਵੀ ਡਰਾਈਵਰ ਜੇ ਅਤੇ ਆਹ ਵੀ ਡਰਾਈਵਰ ਜੀ ਦੱਸੋ ਕਿਹੜੀ ਜ਼ਿਆਦਾ ਘੈਂਟ ਲੱਗਦੀ ਹੈਗੀਆਂ ਦੋਵੇਂ ਭੈਣਾਂ ਹੀ ਆ ਪਰ ਆਹ ਭੈਣ ਦਾ ਥੋੜ੍ਹਾ ਜਿਹਾ ਹਾਰ ਸ਼ਿੰਗਾਰ ਆਪਾਂ ਜ਼ਿਆਦਾ ਕਰਾਇਆ ਵਾ ਹੈ ਇਹਦਾ ਮੇਕਅਪ ਮੂਕਅਪ ਜ਼ਿਆਦਾ ਕੀਤਾ ਵਾ ਇਹਨੂੰ ਬੂਟ ਬਾਟ ਚੰਗੇ ਪਾਏ ਜੁੱਤੀ ਜੱਤੀ ਹੀਲ ਹੂਲ ਚੰਗੀ ਪਾਈ ਇਹਨੂੰ ਹੈ ਉਹਦੀ ਹੀਲ ਛੋਟੀ ਆ ਹਾਂ ਭਾਈ ਉਹੀ ਰੌਂਦ ਇਕੱਠੇ ਕਰੀ ਜਾਂਦੇ ਜੀ ਲੈ ਆਹ ਵੇਖੋ ਕੁਛ ਨਹੀਂ ਹਾਲ ਤੁਹਾਡਾ ਗਾਹ ਤਾਂ ਨਾਲ ਹੀ ਖੜਿਆ ਕਰਨਾ ਮੈਂ ਹਾਂ ਛੱਡ ਕੇ ਜਾਇਆ ਕਰਨਾ ਇੱਥੇ ਮਤਲਬ ਨਾਲ ਖੜਿਆ ਨਹੀਂ ਕਰਨਾ ਹੈ ਵੇਖ ਲਾ ਮੈਨੇ ਤੂੰ ਨਾਲ ਖੜਨ ਵਾਲੇ ਹੈ ਹੀ ਕੋਈ ਨਹੀਂ ਤੇ ਦੋ ਦਿਨ ਅਜੇ ਤੂੰ ਖਰਾਬ ਕਰਕੇ ਆ ਅਜੇ ਵੀ ਤੇਰੀ ਹਾਏ ਨਿਕਲਦੀ ਨਾ ਗਲਤ ਕਰ ਲਿਆ ਵੀ ਮਿੱਤਰਾ ਵਾਲ ਵਾਲ ਕਟਾਈਏ ਸੋਹਣੇ ਨੋਣੇ ਬਣੀਏ ਦੋ ਦਿਨ ਅਜੇ ਚੰਡੀਗੜ੍ਹ ਕਹਿੰਦੇ ਮੁੰਡੇ ਲੱਗੀਆਂ ਪਈਆਂ ਕਾਹਨੂੰ ਗੱਲਾਂ ਹੋਣ ਗਈਆਂ ਸਾਡਾ ਪੂਰੀਆਂ ਬਰੀਕ ਹੀ ਕਰਾ ਦੇਣੀਆਂ ਵਾ ਜੀਰੋ ਨੰਬਰ ਲਵਾ ਕੇ ਕੱਚਰ ਜੇ ਬਣ ਜਾਣਾ ਪਾ ਕੇ ਅੱਧੀ ਬਾਲੀ ਡੀ ਠੰਡ ਭਾਵੇਂ ਲੱਗ ਜੇ ਕੱਲ੍ਹ ਡੋਲੇ ਖਾਵਾਂਗੇ ਐਤਵਾਰ ਹੈ ਕਹਿੰਦੇ ਕੱਲ੍ਹ ਚੱਲ ਬੇਟੇ ਲਵਾ ਹੁਣ ਜ਼ਿਆਦਾ ਖੜ ਗਏ ਕੁਛ ਵੀ ਗਏ ਮਜ਼ੇ ਆਉਂਦੇ ਆ ਮਿੱਤਰਾ ਓਕੇ ਰਿਪੋਰਟ ਕਰਾ ਲਿਆ ਜੀ ਆਪਾਂ ਕਿਉਂਕਿ ਪਿੰਡ ਜਾਂਦਾ ਕੋਈ ਪਲੈਨ ਨਹੀਂ ਆ ਸੋਹਣੇ ਨੋਹਣੇ ਬਣ ਗਏ ਮੁੰਡੇ ਸੋਹਣੇ ਨੋਹਣੇ ਹੁਣ ਜਾ ਕੇ ਲਾਈਏ ਜਿੰਮ ਕੀ ਆਉਂਦਾ ਮਨਿੰਦਰ ਨੂੰ ਤਾਂ ਬੰਦੇ ਨੂੰ ਮੈਂ ਘੱਲਤਾ ਹੈ ਮੈਂ ਜਿੰਮ ਵਾਲਾ ਬੈਗ ਲੈ ਗਿਆ ਆਪਣੀ ਫਲੈਟ ਦੇ ਵਿੱਚੋਂ ਮੈਂ ਮਾੜੀ ਮਾੜੀ ਦਾੜੀ ਸੈੱਟ ਕਰਾ ਕੇ ਸਾਈਡਾਂ ਮਾੜੀਆਂ ਚੁਕਾ ਲਈਆਂ ਆਪਾਂ ਲਾਉਂਦੇ ਜਿੰਮ ਜਾ ਕੇ ਕੀ ਆਉਂਦਾ ਪਹਿਲਾਂ ਟੱਚਿੰਗ ਮਸ਼ੀਨ ਕਰਾ ਕੇ ਬੰਦਾ ਸੋਹਣੇ ਬਹੁਤ ਲੱਗਣ ਡਿਆ ਪੈਂਦਾ ਹੈ ਕਿਆ ਬਾਤਾਂ ਹੀ ਆ ਵੀ ਮਿੱਤਰਾ ਇੱਧਰ ਹੈਗੀ ਟੂ ਮੱਚ ਟ੍ਰੈਫਿਕ ਅਤੇ ਆਪਾਂ ਨਾਲ ਹੀ ਸਾਈਡ ਵੱਟ ਲਈ ਆਪਾਂ ਪਹੁੰਚਣਾ ਜਿੰਮ ਅਤੇ ਆਪਾਂ ਚੱਲਦੇ ਹਾਂ ਸ਼ੋਰਟਕੱਟ ਰਾਵਾਂ ਸਾਈ ਮਨਿੰਦਰ ਹੋਣੀ ਵੀ ਆ ਗਏ ਆ ਉਹਨਾਂ ਨੂੰ ਮੈਂ ਕੱਲਿਆ ਮੈਂ ਜਦੋਂ ਤੱਕ ਮੈਂ ਕਟਿੰਗ ਕਰਾਉਂਦਾ ਤੁਸੀਂ ਜਿੰਮ ਵਾਲਾ ਬੈਗ ਬੂਗ ਖੜ ਲਿਆਓ ਉਹ ਜਿੰਮ ਵਾਲਾ ਬੈਗ ਲੈ ਕੇ ਤੇ ਆ ਕੇ ਤੇ ਮੈਂ ਆ ਜਾਓ ਪਹੁੰਚੋ ਸਿੱਧਾ ਜਿੰਮ 'ਚ ਕਿਉਂਕਿ ਮਤਲਬ 8 ਵੱਜ ਗਏ ਆ ਅਤੇ ਬਾਅਦ 'ਚੋਂ ਡਬਲ ਮਸਲ ਲਾਉਣਾ ਤਾਂ ਐਕਸਰਸਾਈਜ਼ ਪੂਰੀ ਨਹੀਂ ਹੁੰਦੀ ਤਾਂ ਕਰਕੇ 8:30 ਵਜੇ ਐਕਸਰਸਾਈਜ਼ ਸ਼ੁਰੂ ਕਰਕੇ 10 ਵਜੇ ਖਤਮ ਕਿਉਂ ਗਾਲੀ ਦੇਖਾਂਗੇ ਡੀਲ ਡਾਂ ਵੀ ਮੇਰੇ ਲਾਉਣੀ ਪੈਣੀ ਆ ਮੇਰੇ ਨਾਲ ਤਾਂ ਫਿਰ ਨਹੀਂ ਮਨ ਬਣ ਰਿਹਾ ਇਹ ਸਾਲਾ ਕੱਲ੍ਹ ਆ ਨਾ ਜਿਹੜਾ ਕੱਲ੍ਹ ਜਿਹੜਾ ਬੰਦਾ ਸੋਚ ਦਿੰਦਾ ਯਾਰ ਕੱਲ੍ਹ ਲਾ ਲਾਂਗੇ ਕੱਲ੍ਹ ਲਾ ਲਾਂਗੇ ਉਹ ਗੱਲ ਹੈ ਨਾ ਕਿਸੇ ਦਿਨ ਪੂਰਾ ਪੱਕਾ ਮਨ ਕਰਕੇ ਅੱਜ ਤੋਂ ਜਿੰਮ ਸ਼ੁਰੂ ਕਰਨਾ ਕੱਲ੍ਹ ਤਾਂ ਐਤਵਾਰ ਆ ਪਰ ਉਹ ਆਪਣੇ ਜਿੰਮ ਹੈਗਾ ਉਹ 24 ਘੰਟੇ ਖੁੱਲ੍ਹਾ ਹੁੰਦਾ ਕੱਲ੍ਹ ਉਸ ਪਾਸੇ ਚਲ ਜਾਂਗੇ ਆਪਾਂ ਗੁਰੂ ਤਾਂ ਬਣਾ ਲੱਗਦਾ ਨਹੀਂ ਪ੍ਰੀ ਵਰਕਆਊਟ ਤੇ ਪੀਣਾ ਪੈਂਦਾ ਉਹ ਤਾਂ ਬਣਾਉਣੀ ਗੱਲ ਬਣਦੀ
ਕੱਲੇ ਵਾਲਾ ਪੀਤੇ ਹੋ, ਉਹ ਤਾਂ ਪਾਵਾ ਦੁਗਣੀ ਕਰ ਦਿੱਤਾ ਭਾਈ। ਚੱਲਿਆ ਕਿੱਧਰ ਆ ਕੁੜੀ ਹੈ ਉਹ ਗੱਲ ਤੁਹਾਡੀ ਫਿਰ ਲੈ ਜੀ ਮਿੱਤਰਾ ਇਹਦੇ ਮੁੰਹ ਕਰ ਲਿਆ ਮੂੰਹ ਪਰਾਣਾ, ਪਰ ਤੁਹਾਨੂੰ ਗੱਲ ਦੱਸ ਕੇ ਹਟਣੀ ਅੱਜ ਹੈ ਨਾ ਮਨਿੰਦਰ। ਬੜਾ ਤੰਗ ਕਰਦਾ ਬਹੁਤ ਜ਼ਿਆਦਾ ਤੰਗ ਕਰਨ ਡਿਆ ਇਹ, ਚੰਡੀਗੜ੍ਹ ਦੇ ਆਉਣਾ ਨੀ ਗਾ ਬੁਲਟਿਨ ਵੀ ਬਣਾ ਕੇ ਦੇਣਾ ਇੱਕ। ਗੱਲ ਮਿੱਤਰ ਏਦਾਂ ਆਈ ਆ ਹੁੰਦੇ ਨੇ ਮੂੰਹ ਬੁੱਗਾ ਵਾਰਾ ਕਰ ਲਿਆ ਇਹਨੂੰ। ਮੈਂ ਕਿਹਾ ਮੈਂ ਤੁਸੀਂ ਮੈਂ ਜਿਮ 'ਚ ਨਾ ਵਾਲ ਵਲੂ ਉੱਥੇ ਆਪਣੇ ਸਲੂਨ ਦੇ ਵਾਲ ਵਲੂ ਕਟਾ ਲਏ, ਤੁਸੀਂ ਇੱਦਾਂ ਕਰੋ ਤੁਸੀਂ ਨਾ ਫਲੈਟ ਦੇ ਵਿੱਚ ਮੇਰਾ ਇੱਕ ਜਿਮ ਵਾਲਾ ਬੈਗ ਅਤੇ ਮੇਰਾ ਪਜਾਮਾ ਫੜ ਲਿਓ ਫਲੈਟ 'ਚੋਂ, ਮੰਨਾ ਜਿਮ ਵਾਲਾ ਅਗਲਾ ਬੈਗ ਲਿਆ ਪਜਾਮਾ ਲੈ ਕੇ ਨਹੀਂ ਆਇਆ ਅਤੇ ਉੱਤੋਂ ਟਾਈਮ ਥੋੜ੍ਹਾ ਸੀ ਅਤੇ ਚੱਲ ਫਿਰ ਮੈਨੂੰ ਹੋਇਆ, ਮੈਂ ਕਿਹਾ ਯਾਰ ਪਜਾਮਾ ਲੈਣ ਗਏ ਕਿੱਦਾਂ ਜਿਮ ਲਾਵਾਂਗੇ ਮੇਰੇ ਬੁਰੇ ਹਾਲ ਮੈਨੂੰ ਇਹ। ਮੈਂ ਚੱਲ ਫਿਰ ਜਦ ਦੀ ਗੱਲ ਤੂੰ ਜਿਮ 'ਚ ਲਾ ਲਾਂਗੇ ਚੌਵੀ ਘੰਟੇ ਖੁੱਲ੍ਹਾ ਰਹਿੰਦਾ। ਉਹ ਤੋਂ ਬਾਅਦ ਕੀ ਹੋਇਆ ਕਿ ਚੱਲ ਮੈਂ ਲਾਗੇ ਦੁਕਾਨ ਸੀ ਥੋੜ੍ਹੇ 100 ਮੀਟਰ 'ਤੇ ਐਂ ਕੱਜਾ ਪਜਾਮਾ ਫੜ ਲਿਆ ਇੱਥੋਂ ਪਜਾਮਾ ਲੈਣ ਗਿਆ ਅਤੇ ਪਜਾਮਾ ਵੀ ਇਹਨੂੰ ਸੂਤਰਨਾ ਆਇਆ ਉੱਥੇ ਹੈ ਨਾ। ਆਹ ਚੱਲ ਸਾਡੇ ਲੱਭਣਾ ਸਾਡੇ ਮੇਚੇ ਦਾ ਕੋਈ ਉੱਥੇ ਚੱਜਦਾ, ਮੈਂ ਕਿਹਾ ਨਿੱਕਰ ਲੱਭ ਲਾ, ਨਿੱਕਰ ਲੱਭੀ ਇੱਕ, ਇਹਨੇ ਮੈਨੂੰ ਫੋਟੋ ਭੇਜੀ, ਮੈਂ ਫੋਟੋ ਸੇਵ ਕਰਕੇ ਉਹ ਫੋਟੋ ਵਾਪਸ ਭੇਜਤੀ ਕਿ ਮੈਂ ਕਿਹਾ ਲਿਆ ਨਿੱਕਰ, ਨਿੱਕਰ ਫਿਰ ਹੋਰ ਲੈ ਆਇਆ ਹੋਰ ਲੈ ਆਹ ਬਈ ਆਹ ਬਈ ਆ ਕੀ ਹੋਇਆ ਮੰਨੇ ਕੀ ਹੋਇਆ ਵਾ ਨਿਕਲ ਬਾਹਰ ਉੱਚੋਂ, ਉੱਦਾਂ ਤਾਂ 20 ਸਾਲ ਪਹਿਲਾਂ ਬਾਹਰ ਆ ਗਿਆ ਸੀ ਉੱਚੋਂ ਪਰ ਕੱਲ੍ਹ ਪਰਸੋਂ ਫਿਰ ਬੜਿਆ ਪਿਆ ਵਾ ਉਹਨੇ ਧੜੀ ਜੀ ਵੜ ਜਾਣਾ ਤੇ ਫਲੈਟ ਚ ਤੇ ਤੂੰ ਬਾਅਦ ਆਪਣੇ ਕੋਲ ਪੱਖੇ ਬਾਅਦ ਪੱਠੇ ਵੀ ਨਹੀਂ ਵੜ ਲੈਣੇ ਸੀ ਆਪਾਂ ਜਾਣਾ ਮਿਸਤਰੀ ਮਿੱਟਰ ਹੋਇਆ ਕਰਨੇ ਬਾਅਦ ਬੀਤੀ ਨੂੰ ਲੱਗੇ ਪਤਾ ਲੱਭਣੇ ਨਾਲ ਕੋਈ ਪਹਿਲਾਂ ਮੁੰਡੇ ਖਾਣ ਲੱਗੇ ਡਾਈਟ ਮੰਨੇ ਖਾ ਲਾ ਭੁੱਖਾ ਨਾ ਲੈ ਅੱਜ ਤੋਂ ਦੁਬਾਰੇ ਕਰਤੀ ਸਟਾਰਟ ਡਾਈਟ ਕਹਿੰਦੇ ਮੁੰਡੇ ਚੈਸਟ ਲਾਉਣ ਡੇ ਚੈਸਟ ਕਾਹਨੂੰ ਗੱਲਾਂ ਕਰਾਈਏ ਤੇ ਕਾਹਨੂੰ ਹੈ ਵਰਕਆਊਟ ਹੋ ਗਿਆ ਜੀ ਆਪਣਾ ਓਕੇ ਰਿਪੋਰਟ ਅੱਜ ਹੈਗਾ ਸੀ ਸ਼ੋਲਡਰ ਨਾਲ ਚੈਸਟ ਸ਼ੋਲਡਰ ਲੱਗੇ 2 ਸੈਟ ਹੀ ਚੈਸਟ ਲਾ ਲਈ ਪੂਰੀ ਠੋਕ ਕੇ ਆਪਾਂ ਕਿਉਂਕਿ ਟਾਈਮ ਹੀ ਥੋੜ੍ਹਾ ਪੂਰੇ 10 ਵੱਜ ਗਏ ਬੱਤੀਆਂ ਭਜਾਉਣ ਡੇ ਅਗਲੇ ਕਹਿੰਦੇ ਜਾਓ ਵੇ ਭਾਈ ਅਤੇ ਸ਼ੋਲਡਰ ਦੇ ਸਾਡੇ 2 ਸੈਟ ਲੱਗੇ ਕੋਈ ਨਹੀਂ ਕੱਲ੍ਹ ਐਤਵਾਰ ਆ ਕੱਲ੍ਹ ਕਰਾਂਗੇ ਰਿਕਵਰੀ ਇਸ ਚੀਜ਼ ਦੀ ਕੱਲ੍ਹ 1-2 ਸੈਟ ਲਾ ਲਾਂਗੇ ਵੱਧ ਚਲੀਏ ਆਉਣ ਡਿਆ ਹੌਲੀ ਹੌਲੀ ਪੁਰਾਣੀ ਫੋਨ 'ਚ ਆਉਣ ਡਿਆ ਕਹਿੰਦੇ ਲੈ ਵੀ ਮਿੱਤਰਾ ਜਿਮ ਤਾਂ ਲਿਆ ਹੀ ਲਾ ਮਿੱਤਰਾਂ ਨੇ ਅਤੇ ਹੁਣ ਇੱਕ ਚੀਜ਼ ਅਸੀਂ ਕਰਨ ਲੱਗੇ ਹਾਂ ਮੇਰੇ ਵਾਲੀ ਗੱਡੀ ਅਤੇ ਮਨਿੰਦਰ ਵਾਲੀ ਗੱਡੀ ਦੀ ਇਕੱਠਿਆਂ ਦੀ ਚੱਲਦੀ ਦੀ ਵੀਡੀਓ ਬਣਾਉਣ ਲੱਗੇ ਹਾਂ ਪਹਿਲਾਂ ਕੁਛ ਖਾ ਪੀ ਲਈਏ ਉਹ ਤੋਂ ਬਾਅਦ ਜਾਵਾਂਗੇ ਏਅਰਪੋਰਟ ਰੋਡ 'ਤੇ ਮਤਲਬ ਕਿ ਏਅਰਪੋਰਟ ਨੂੰ ਹੀ ਜਾਵਾਂਗੇ ਉਹ ਰੋਡ ਬਹੁਤ ਵਧੀਆ ਅਤੇ ਉਹ 'ਤੇ ਲਾਈਟਿੰਗ ਲੂਟਿੰਗ ਹੋਈ ਆ ਅਤੇ ਗੱਡੀ ਅਸੀਂ ਇੱਕ ਹੋਰ ਮੰਗਵਾਈ ਆ ਜਿਹੜੀ ਗੱਡੀ ਦੇ ਅਤੇ ਮਤਲਬ ਖੜ ਕੇ ਵੀਡੀਓ ਬਣਾਉਣੀ ਆ ਅਤੇ ਇਹ ਦੋਵੇਂ ਗੱਡੀਆਂ ਜਾਣਗੀਆਂ ਅਤੇ ਇਹ ਵੀਡੀਓ ਮਿੱਤਰੋ ਤੁਹਾਨੂੰ ਵੇਖਣ ਨੂੰ ਮਿਲੂਗੀ ਸਿਰਫ ਇੰਸਟਾ 'ਤੇ। ਇਸ ਕਰਕੇ ਤੁਹਾਨੂੰ ਮੈਂ ਕਹਿੰਦਾ ਕਿ ਇੰਸਟਾ ਦੇ ਉੱਤੇ ਫੋਲੋ ਕਰਕੇ ਰੱਖੋ ਜੈਨ ਮੇਰੀ ਜੇ ਇਹੋ ਜਿਹੇ ਵੀਡੀਓ ਵੇਖਣੀ ਆ ਘੈਂਟ ਘੈਂਟ। ਇੱਕ ਅਸੀਂ ਮਨਿੰਦਰ ਕੇ ਪਿੰਡ ਵੀਡੀਓ ਬਣਾਈ ਸੀ ਉਹ ਕਾਫੀ ਚੱਲਣ ਡੀ ਆ ਬਾਬੇ ਦੀ ਕਿਰਪਾ ਦੇ ਨਾਲ, ਉਹ ਚਾਣ ਚੱਕ ਬਣਾਈ ਸੀ ਪਰ ਆਹ ਹੁਣ ਸੋਚ ਕੇ ਬਣਾਉਣ ਲੱਗੇ ਦੋਵਾਂ ਗੱਡੀਆਂ ਦੀ ਅਤੇ ਸੋ ਮੇਰੀ ਜੈਨ। ਇੰਸਟਾ ਦਾ ਮੈਂ ਆਈ ਡੀ ਦਾ ਸਕਰੀਨਸ਼ੋਟ ਜਦੋਂ ਵਲੌਗ ਮੁੱਕ ਜਾਂਦਾ ਉੱਥੇ ਪਾਇਆ ਰੀਅਲ ਆਈ ਡੀ ਦਾ ਸਕਰੀਨਸ਼ੋਟ ਅਤੇ
ਸਨੈਪਚੈਟ ਦਾ ਵੀ ਪਾਇਆ ਸਕਰੀਨਸ਼ੋਟ, ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾਏ ਹੁੰਦੇ ਆ, ਜੇ ਕਿਸੇ ਨੂੰ ਬੜਾ ਸੌਖੇ ਤਰੀਕੇ ਨਾਲ ਲੱਭਣਾ ਤਾਂ ਬੰਦਾ ਉੱਥੋਂ ਲੱਭ ਸਕਦਾ ਜਾ ਕੇ, ਉਹ ਸਭ ਤੋਂ ਸੌਖਾ ਤਰੀਕਾ ਆ, ਹੈ ਨਾ। ਕਈ ਡਿਸਕ੍ਰਿਪਸ਼ਨ ਨਹੀਂ ਖੋਲ੍ਹਦੇ, ਹੈ ਨਾ, ਕਈ ਸਾਨੂੰ ਸਬਸਕ੍ਰਾਈਬ ਨਹੀਂ ਕਰਦੇ ਪਰ ਵਲੋਗ ਵੇਖ ਜਾਂਦੇ ਆ, ਕਈ ਵਲੋਗ ਵੇਖ ਕੇ ਕਮੈਂਟ ਵੀ ਨਹੀਂ ਕਰਦੇ। ਜਿੰਨੇ ਬੰਦੇ ਤੁਸੀਂ ਵਲੋਗ ਵੇਖਦੇ ਗੁਰੂ ਆ ਕਦੇ ਮੱਠਾ ਮੱਠਾ ਕਮੈਂਟ ਵੀ ਕੀਤਾ ਹੋਵੇ ਤਾਂ ਮੈਂ ਨਾ ਕੰਮ ਕਮੈਂਟੋ ਕਮੈਂਟ ਹੀ ਹੋਏ ਨਾ, ਕੀ ਆਉਂਦਾ ਹੈ ਵੇਖੋ ਕਰਕੇ ਕਿਸੇ ਦਿਨ ਕਿੰਨੇ ਕਮੈਂਟ ਕਰ ਸਕਦੇ ਜੀ, ਦੱਸਦੇ ਨਹੀਂ ਜੀ ਹੈ। ਵਿਹਲੇ ਬੈਠੇ ਰਜਾਈ ਦੇ ਵਿੱਚ ਇੰਨਾ ਕੰਮ ਨਹੀਂ ਕਰ ਸਕਦੇ। ਮੈਂ ਸਾਰਾ ਦਿਨ ਫਿਰਦਾ ਰਹਿੰਦਾ, ਫਿਰ ਕੇ ਮੈਂ ਵਲੋਗ ਬਣਾਉਂਦਾ, ਤੁਸੀਂ ਇੰਨਾ ਕੰਮ ਨਹੀਂ ਕਰਦੇ। ਫਿਰ ਕਹਿੰਦੇ ਸਾਡਾ ਵਲੋਗ ਵੇਖ ਕੇ ਚਿੱਤ ਖੁਸ਼ ਹੁੰਦਾ, ਅਤੇ ਮੈਂ ਚਿੱਤ ਖੁਸ਼ ਕਿਹਦੇ ਨਾਲ ਕਰਨਾ। ਜੇ ਤੁਸੀਂ ਕਮੈਂਟ ਕਰੋਗੇ ਤਾਂ ਫਿਰ ਇੱਕ ਚਿੱਤ ਖੁਸ਼ ਹੋਊਗਾ, ਕਮੈਂਟ ਪੜ੍ਹਾਂਗੇ ਚਿੱਤ ਖੁਸ਼ ਹੋਊਗਾ, ਫਿਰ ਵਲੋਗ ਬਣੂੰਗਾ। ਬਾਕੀ ਬਾਬੇ ਦੀ ਕਿਰਪਾ ਨਾਲ ਜਾਣ ਮੇਰੀ, ਥੋੜ੍ਹੇ ਦਿਨਾਂ ਤੱਕ ਵਲੋਗ ਆਪਾਂ ਇਹੋ ਜਿਹੇ ਲੈ ਕੇ ਆਉਣੇ ਨਾ, ਜਿਹੜੇ ਤੁਸੀਂ ਕਹਿੰਦੇ ਟੂਰ 'ਤੇ ਜਾਇਆ ਕਰੋ ਇੱਧਰ ਉੱਧਰ ਘੁੰਮਣ ਫਿਰਨ ਵਾਲੇ ਵਲੋਗ, ਉਹ ਵੀ ਲੈ ਕੇ ਆਵਾਂਗੇ। ਬਾਕੀ ਤਕਰੀਬਨ ਜ਼ਿਆਦਾ ਭਰਾ ਆਪਣੇ ਨਾਲ ਪਿੰਡ ਵਾਲੇ ਜੁੜੇ ਕੇ, ਜਿਹੜੇ ਪਿੰਡ ਦੇ ਵਲੋਗ ਵੇਖਣਾ ਪਸੰਦ ਕਰਦੇ, ਪਰ ਹੁਣ ਨਾ ਥੋੜ੍ਹਾ ਸੈਰ ਸਪਾਟਾ ਵੀ ਮੇਰਾ ਤਾਂ ਜ਼ਰੂਰੀ ਆ, ਅਤੇ ਅਨੰਦਪੁਰ ਦੇ ਮੇਲੇ 'ਤੇ ਵੀ ਜਾਵਾਂਗੇ, ਕੋਸ਼ਿਸ਼ ਆਪਣੀ ਇਹ ਆ, ਅਤੇ ਪਹਾੜੀ ਇਲਾਕੇ 'ਚ ਘੁੰਮਣ ਵੀ ਜਾਵਾਂਗੇ, ਮਨਿੰਦਰ ਨੂੰ ਛੱਡਣ ਵੀ ਜਾਵਾਂਗੇ, ਬਹੁਤ ਸਾਰੇ ਕੰਮ ਕਰਨੇ ਆ, ਬੜੇ ਥਾਵਾਂ 'ਤੇ ਆਪਾਂ ਜਾਣਾ, ਅਤੇ ਸਾਰੇ ਨਾਲ ਦੀ ਨਾਲ ਵਲੋਗ ਬਣਦੇ ਰਹੇ। ਵੀ ਮਿੱਤਰਾ ਗੱਲ ਇੱਦਾਂ ਆਈ ਆ ਕਿ ਗੂਗਲ ਪੇ ਵਾਲਾ ਫੋਨ ਹੋ ਗਿਆ ਬੰਦ, ਅੱਜ ਕੁੜੀਆ ਬੰਦ ਹੀ ਚਾਹੀਦਾ ਮੈਂ ਹਿਸਾਬ ਲੈ, ਨਾਲ ਮਨਿੰਦਰ ਕਾ ਬੰਦਾ ਹੋਵੇ। ਅੱਜ ਤਾਂ ਕਛਾ ਮਨਿੰਦਰ ਦੇ ਖਾਤੇ 'ਚ ਪਾਤਾ ਭੈਣ ਜੀ, ਉਹ ਥੱਲੇ ਥੱਲੇ ਨਾ ਬਹਿ, ਮੰਨੇ ਨੂੰ ਘੱਲਦਾ ਮੈਂ ਕਛਾ ਲੈ, ਮੈਂ ਪਜਾਮਾ ਲਿਆ ਤੇ ਕਛਾ ਪਜਾਮਾ ਦੇ ਮਿਲਿਆ, ਚਲ ਕਛਾ ਲੈਣ ਗਿਆ ਤੇ ਕਛਾ ਵੀ ਕੁੜੀਆ ਲਿਆਂਦਾ ਗਲਿਆ ਤੇ 700 ਰੁਪਇਆ ਦੇ ਆਇਆ, ਠੀਕ ਹੈ। ਜਿਹੜੀ ਚੀਜ਼ ਮੰਗਾਈ ਉਹ ਲੈ ਕੇ ਨਾ ਆਇਆ, ਉਹ ਅੰਡਰ ਆਰਮਰ ਦਾ ਭਾਵੇਂ ਡੁਪਲੀਕੇਟ ਹੀ ਪਰ ਪਾਇਆ ਫੱਬਣਾ ਸੀ, ਆਪਾਂ ਰਿਜਨਲ ਲੱਗਣਾ ਸੀ ਆਪਣੇ ਪਾਇਆ, ਹੈ ਨਾ। ਉੱਥੇ ਪੈਸੇ ਮਨਿੰਦਰ ਨੇ ਦਿੱਤੇ, ਮੈਂ ਮੇਰਾ ਫੋਨ ਬੰਦ ਆ, ਚੱਲ ਇਹਨੇ ਕੌੜਾ ਘੁੱਟ ਕਰ ਲਿਆ ਮਨਿੰਦਰ ਨੇ ਉੱਥੇ, ਹੈ ਨਾ। ਉੱਥੇ ਬਾਅਦ ਅਸੀਂ ਇੱਥੇ ਖਾਣਾ ਆ ਚਿਕਨ ਚੁਕਣ ਵਾਲਾ ਜਗਾੜ ਜਗੁੜ ਜਿਹਾ, ਅਤੇ ਉੱਥੇ ਜਦੋਂ ਮੈਂ ਬੜੇ ਡਾਉਂਡੇ ਆਉਣਾ ਚਿਕਨ ਡਾਉਂਡੇ, ਬੜੀ ਬੜੀ ਕੁਕੜੀ ਡਾਉਂਡੇ, ਬੜੀ ਕੁਕੜੀ ਉੱਡੀ ਤੇ ਮੈਂ ਨਾ ਉੱਠ ਕੇ, ਮੈਂ ਮਨਿੰਦਰ ਮੇਰਾ ਗੂਗਲ ਪੇ ਵਾਲਾ ਫੋਨ ਬੰਦ ਹੋਇਆ, ਕਹਿੰਦਾ ਕੋਈ ਗੱਲ ਨੀ ਇਹ ਬਾਹਰ ਨੂੰ ਤੁਰਿਆ ਜਾਵੇ, ਮੈਂ ਇੱਧਰ ਆ ਬਿੱਲ ਦੇਣਾ ਪੈਣਾ, ਪੈਸੇ ਦੇ, ਕੋਈ ਗੱਲ ਨੀ ਹਜੇ ਹੋਰ ਤਾਂ ਨੀ ਉਹ ਖਾਣਾ, ਲੈ ਵੀ ਮਿੱਤਰਾ ਖਾ ਪੀ ਕੇ ਲੇੜਾ ਮਾਰ ਕੇ ਯਾਰਾਂ ਨੇ ਪਾਤੇ ਚਾਲੇ, ਲੋਏ ਲੋਏ ਚੱਲਾਂਗੇ ਆਪਾਂ ਏਅਰਪੋਰਟ ਰੋਡ ਨੂੰ। ਇੱਕ ਸੱਜਣ ਨੇ ਪੁੱਛਿਆ ਕਿ ਲੋਏ ਲੋਏ ਕੀ ਹੁੰਦਾ, ਲੋਏ ਲੋਏ ਦਾ ਮਤਲਬ ਜਾਣ ਮੇਰੀ ਹੁੰਦਾ ਸਹਿਜੇ ਸਹਿਜੇ, ਹੁਣ ਸਹਿਜੇ ਸਹਿਜੇ ਦਾ ਮਤਲਬ ਕੀ ਨਹੀਂ ਪਤਾ, ਸਹਿਜੇ ਸਹਿਜੇ ਦਾ ਮਤਲਬ ਹੁੰਦਾ ਹੌਲੀ ਹੌਲੀ, ਹੁਣ ਕੀ ਹੁੰਦਾ ਹੌਲੀ ਹੌਲੀ ਦਾ ਮਤਲਬ ਨਹੀਂ ਪਤਾ, ਆਸਤੇ ਆਸਤੇ ਸਲੋ ਸਲੋ ਜਾਏਂਗੇ। ਲੈ ਵੀ ਮਿੱਤਰਾ ਜਿਹੜਾ ਕੰਮ ਕਰਨ ਡਿਆ ਉਹਦਾ ਲਿਆ ਜੇ ਕਰ, ਅਤੇ ਬੜੀਆਂ ਸੋਹਣੀਆਂ ਵੀਡੀਓ ਕੱਢੀਆਂ ਮੰਨੇ ਨੇ, ਅਤੇ ਮੈਂ ਨਾ ਜਿਹੜੇ ਵੀਰ ਦੇ ਨਾਲ ਰਲ ਕੇ ਕਢਾਈਆਂ ਸਕੋਰਪੀਓ ਵਾਲੇ ਭਾਉਣੇ ਆ, ਆਉਂਦੀਆਂ ਗੱਡੀਆਂ ਪਿੱਛੇ ਕੂਕਾਂ ਮਾਰਦੀਆਂ, ਪਰ ਬਹੁਤ ਜ਼ਿਆਦਾ ਨਜ਼ਾਰਾ ਆ, ਮਿਹਨਤ ਤਾਂ ਲੱਗੀ ਆ, ਕਿਉਂ ਕਾਲੀ ਵੀਰ ਮੈਂ ਸਨ ਆਪਾਂ ਅੱਧਾ ਪੌਣਾ ਘੰਟਾ ਖਰਾਬ ਕੀਤਾ ਨਾ, ਕੁਝ ਸਾਨੂੰ ਭਰਾ ਮਿਲ ਪਏ, ਕੁਝ ਫੈਮਲੀਆਂ ਮਿਲ ਪਈਆਂ ਗੱਡੀਆਂ ਵੇਖ ਕੇ ਰਾਤ, ਹੈ ਨਾ, ਲਾਈਟਾਂ ਜਗਦੀਆਂ ਅਤੇ ਪਛਾਣ ਲੈਂਦੇ ਵੀਰ ਭਰਾ, ਅਤੇ ਸਾਨੂੰ ਰੁਕਣਾ ਹੀ ਪਿਆ, ਅਤੇ ਉਹ ਤੋਂ ਬਾਅਦ ਫਿਰ ਅਸੀਂ 40-40 ਕੰਮ, ਮਤਲਬ ਕਿ ਅੱਧਾ ਪੌਣਾ ਘੰਟਾ ਅਸੀਂ ਇਹ ਕੰਮ 'ਤੇ ਅੱਜ ਖੱਜਲ ਹੋਏ ਹਾਂ। ਤਾਂ ਜੇ ਹਜੇ ਵੀ ਤੁਸੀਂ ਨਾ ਵੇਖੀਆਂ ਫਿਰ ਤਾਂ ਮਾੜੀ ਗੱਲ ਜੇ, ਉਹ ਅਮਰਿੰਦਰ ਕਿੱਦਾਂ ਹੁੰਦਾ ਇਹ ਤੁਸੀਂ ਹੁਣ ਵੇਖਿਓ ਇੰਸਟਾਗ੍ਰਾਮ 'ਤੇ, ਕਾਫੀ ਮਜ਼ਾ ਆਇਆ ਵੀਡੀਓ ਬਣਾਉਣ ਦੇ ਵਿੱਚ ਵੀ, ਹੈ ਨਾ, ਹਨੇਰਾ ਆਇਆ ਸੀ, ਲਾਈਟਾਂ ਜਗਣ ਡੀਆਂ ਦੋਵਾਂ ਗੱਡੀਆਂ ਦੀਆਂ, ਅਤੇ
ਕਰਿਓ ਚੈੱਕ ਤੁਸੀਂ ਇੰਸਟਾਗ੍ਰਾਮ ਤੇ ਜਾ ਕੇ। ਮੈਂ ਕਿਹਾ ਪੈਗ ਵਾਲੇ ਬੰਦੇ ਨਹੀਂ ਅਸੀਂ ਤੇ, ਉਹ ਜਿਹੜਾ ਤੂੰ ਪਹਿਲਾਂ 1200 ਦਿੱਤਾ ਨਾ ਕਿਤੇ ਉਸੇ ਤੇਰੀ ਯਾਰੀ ਨਾਲ ਪਈ ਆ ਕਿ ਫਿਰ 1200 ਚਾਹੁੰਦੇ ਆ। ਬੋਤਲ ਵੀ ਗਈ ਜਾ ਆਏ ਓਏ, ਹੁਣ ਇਹ ਨਾ ਪੁੱਛ ਕੇ ਤੇਰੇ ਕੇ ਵੀ ਰੋੜੀ ਮਿਲ ਸਕਦੀ ਜੇ ਕਿਤੇ ਬੁਲਾਓ ਕਹਿੰਦੇ ਹੋਏ ਨਾ ਓਏ, ਜੇ ਕਿਤੇ ਬੁਲਾਓ ਕਹਿੰਦੇ ਤੇ ਕੋ ਬੋਤਲ ਹੋਰ 500 ਦੇਣੀ ਪੈਣੀ ਹੈ ਓਏ। ਵੈਫਲ ਕੇ ਵੈਫਲ ਉਹ ਖਵਾ ਦੋ ਤੇ ਬੜਾ ਤੁਹਾਡਾ ਧੰਨਵਾਦ ਹੋਊਗਾ। ਇੱਥੇ ਲਾਡੀ ਦਾ ਨੰਬਰ ਲੀਕ ਹੋਇਆ ਜੀ, ਇੱਥੇ ਇੱਥੇ ਹੋਇਆ ਕਿ ਉਹ ਘੜੀ ਤੇ ਫੋਨ ਆਉਣ ਡਿਆ ਸੀ ਤੇ ਮੈਂ ਲਾਡੀ ਅੰਦਰੋਂ ਫੋਨ ਕਰੀ ਜਾਂਦਾ ਸੀ ਤੇ ਗਲਤੀ ਵੀ ਉਹਦੀ ਆ, ਅੰਦਰੋਂ ਫੋਨ ਉਹਨੇ ਕੀਤਾ ਬਸ ਤੇ ਜਿਹੜੇ ਆਪਣੇ ਵੀਰ ਭਰਾ ਪਿਆਰ ਕਰਦੇ ਹੋ ਲੱਗਾ ਕਿ ਤੁਹਾਨੂੰ ਦਾ ਨੰਬਰ ਆ ਨਾ ਜਾਣੇ ਮੇਰੀ ਇਹੋ ਜਿਹੀ ਗਲਤੀ ਮੈਂ ਨਹੀਂ ਕਰਦਾ, ਤੁਹਾਨੂੰ ਮੇਰੇ ਕੋਲ ਪਿੰਡ ਆ ਕੇ ਮਿਲਣਾ ਪੈਣਾ। ਚਲੀਏ ਹੈ ਨੰਬਰ ਮੈਨੂੰ ਚਲਾਉਂਦਾ ਨਹੀਂ ਤੇ ਮੈਂ ਡੂੰਗਲ ਯੂਜ਼ ਕਰਦਾ ਡੂੰਗਲ। ਚਲੋ ਕਾਲੀ ਵੀਰ ਸਿਆਣੇ ਇੱਥੇ ਹੋ ਗਏ, ਚਲੋ ਮੇਰਾ ਤਾਂ ਫੋਨ ਹੀ ਬੰਦ ਆ ਕਿੰਨੇ ਬੋਲਿਆ ਪਾਣੀ ਲੈ ਆਓ ਕੱਲ ਵੀ ਆਪਾਂ ਇੱਥੇ ਕਾਲੀ ਵੀਰ ਕਹਿਣ ਡਿਆ ਕਹਿੰਦਾ ਲਵਾਓ, ਮੈਂ ਬਸ ਸਾਡੀ ਘਾਲੋ ਹੀ ਸਮਾਨ ਕੋਈ ਸਾਰਾ ਪਿਆ ਬਸ ਲਵਾਉਣ ਖਲੋਣੀ ਕੰਮ ਕਰੀਦਾ ਵਾਟਰ ਕੀ ਦੂਜਾ ਪਾਣੀ ਸਾਫ਼ ਵਾਲਾ ਜਗਾੜ ਜਾ ਕੀ ਕਹਿੰਦੇ ਉਹਨੂੰ ਪਾਣੀ ਸਾਫ਼ ਨੂੰ ਕੀ ਕਹਿੰਦੇ ਆਰੋ 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 ਵਾਏ ਬੰਦ ਕਰੀ ਜਿੰਨੇ ਕਮੈਂਟ ਆਏ ਗਏ। ਮੈਂ ਨਾ ਬਾਹਰ ਬੈਠੇ ਤੇ ਬੰਨੀ ਤੇ ਉਹ ਆਈਸਕ੍ਰੀਮ ਜੀ ਕਰਵਾਈ ਕਰਾਈ ਆ ਤੇ ਉਹ ਚਲਾ ਹੀ ਗਈ ਉਹਦੀ ਮੰਨੇ ਦੀ ਕੱਲ੍ਹ ਗੱਲ ਨਹੀਂ ਕਰਨ ਅਸੀਂ ਕਿ ਮੰਨੇ ਨੂੰ ਰਿਸ਼ਤਾ ਆ ਟੀਚਰ ਦਾ ਤੇ ਮੰਨੇ ਨੇ ਲਿਆ ਨਹੀਂ ਆ ਉਹ ਜਿਹੜੇ ਆਪਣੇ ਵਿਹਦੇ ਜਿੱਦਾਂ ਆਪਾਂ ਲੁੱਚੇ ਮੈਂ ਆਪਾਂ ਉਹੋ ਜਿਹੇ ਉਹ ਗਾੜੀ ਵੇਖਣ ਵਾਲੇ ਆਪਣੇ ਨਾਲ ਜਿਹੜੇ ਆਪਣੇ ਜੁੜੇ ਆ ਇੱਕ ਆਉਂਦਾ ਆਉਂਦਾ ਦਸਵੀਂ ਫੇਲ ਟੀਚਰ ਲੱਗੇ ਤਿੰਨ ਤਿੰਨ ਹਜ਼ਾਰ ਕਹਿੰਦਾ ਉਹਨਾਂ 'ਚ ਕਿੱਦਾਂ ਜਾਣਾ ਉਹ ਤੇਰੀ ਭੈਣ ਨੂੰ ਸੋਹਣ ਲੱਗੇ ਯਾਰ ਬਾਬਾ ਤੁਸੀਂ ਵੀ ਸਿਰਾ ਹੀ ਜੀ। ਮੈਂ ਕਮੈਂਟ ਪੜ੍ਹ ਕੇ ਪਹਿਲਾਂ ਇਕੱਲਾ ਹੱਸਿਆ ਮੰਨਾ ਕਹਿੰਦਾ ਕੀ ਯਾਰ ਮੈਂ ਖੁਦਾ ਦੱਸਦਾ ਮੈਂ ਫਿਰ ਤੁਹਾਡੇ ਨਾਲ ਗੱਲ ਸ਼ੇਅਰ ਕਰ ਹੀ ਦੇਵਾਂ ਨਹੀਂ ਗੱਲ ਸਹੀ ਆ ਗੱਲ ਵੀ ਸਹੀ ਅੱਗੇ ਸਿਆਪਾ ਪਿਆ ਮੈਂ ਮੇਰੀ ਕੋਈ ਗੱਲ ਨੀ ਕਰਿਆ ਕਰਨੀ ਇਹੋ ਜੀ ਮੈਂ ਕੋਈ ਗੱਲ ਨੀ ਕਰਿਆ ਕਰਨੀ ਤੂੰ ਹੈਗਾ ਕਰਨੂ ਸਾਰਾ ਤੂੰ ਹੀ ਕੀਤੀ ਕੁਛ ਕਾਲੀ ਵੀਰ ਨੇ ਕੁੜੀਆਂ ਦੋ ਉੱਥੋਂ ਲੈ ਕੇ ਲਾਈਟਾਂ ਤੋਂ ਲੈ ਕੇ ਤੇ ਕੁੜੀਆਂ ਹੋਰ ਉਹ ਚ ਕਹਿੰਦਾ ਕਿ ਲੜਾ ਲਾਉਂਦੀ ਗਈ ਮੈਂ ਵੀ ਮਨਿੰਦਰ ਮੈਂ ਸੂਤਰ ਨੀ ਆਇਆ ਬਹਿ ਬੂ ਕੇ ਆ ਗਏ ਖਾਣਾ ਕਿਉਂ ਨੀ ਮੈਂ ਦੱਸਾਂ ਸੱਚ ਕਾਲੀ ਵੀਰ ਗਵਾਹ ਕਾਲੀ ਵੀਰ ਆਪਾਂ ਰੋਟੀ ਖਾਣ ਡੇ ਸਾਲੇ ਰੋਟੀ ਨੀ ਖਾ ਗਿਆ ਤੇ ਤੁਰ ਕੇ ਨਾ ਸੋਹਣੇ ਸਾਹਿਬ ਤੋਂ ਦੋ ਲੇਟਾਂ ਛੱਡ ਕੇ ਨਾ ਉਹ ਮਾਰਕੀਟ ਚੋਂ ਤੁਰ ਕੇ ਬੰਦੇ ਹੋਮ ਲੈਣ ਚਲੇ ਗਏ ਤੇ ਸਾਡਾ ਕੋਈ ਸੱਜਣ ਮਿਲਿਆ ਸਾਨੂੰ ਤੇ ਅਸੀਂ ਨਾ ਉੱਥੇ ਆਰਡਰ ਕੀਤਾ ਰੋਟੀ ਦਾ ਕਿ ਰੋਟੀ ਖਾ ਕੇ ਤੇ ਫਿਰ ਜਾਇਓ ਉੱਥੇ ਦੋ ਚਿਕਨ ਕਰਾਏ ਵੀਰ ਨੇ ਹਨਾ ਫੁੱਲ ਹੀ ਤਾਂ ਨਹੀਂ ਹਾਫ਼ ਹੀ ਪਰ ਦੋ ਚਿਕਨ ਕਰਾਏ ਫੁੱਲ ਦੋ ਚਿਕਨ ਕਰਾਏ ਤੇ ਸਬਜ਼ੀ ਵੱਖਰੀ ਕਰਾਈ ਪੰਜਾਂ ਜਣੇ ਰੋਟੀ ਤੇ ਇਹ ਦੋਵੇਂ ਨੇ ਤਿੰਨੇ ਰਹਿ ਗਏ ਅਸੀਂ ਹਨਾ ਤੇ ਗੁਰੂਆ ਮੈਂ ਨਾ ਜਾਣ ਉਹ ਸਾਨੂੰ ਅੱਜ ਪਤਾ ਲੱਗਾ ਵਾ ਕਿ ਤੁਰ ਕੇ ਸਾਲੇ ਉੱਥੋਂ ਕੈਬ ਬਣੀ ਹੋਈ
ਤੇ ਗਾੜੀ ਜਾ ਕੋਈ ਸੜਕ ਹੁੰਦੀ ਸੀ ਕੈਬ ਵੀ ਨਹੀਂ ਕਰਨੀ ਆਈ ਸਾਲਿਆਂ ਨੂੰ ਤੇ ਗਾੜੀ ਜਾ ਕੇ ਹੋਰ ਕੰਮ ਹੋਇਆ ਵਾ ਗਾੜੀ ਜਾ ਕੇ ਸੂਤਰ ਨਹੀਂ ਆਇਆ ਇਹ ਉੱਥੇ ਰਾਤ ਉਦਾਂ ਸੁੱਤੇ ਆ ਹੈਂ ਆਹ ਹਾਲ ਹੋਇਆ ਸਾਡੇ ਬੰਦਿਆਂ ਦੇ ਨਾਲ ਵੇਲਾ ਬਈ ਲੈ ਕੇ ਬਹਿਣਾ ਫੋਨ ਨੇ ਇਹਨੂੰ ਹੈਂ ਓਏ ਆ ਜਾ ਸਾਲਿਆ ਇਹਨੂੰ ਤਾਂ ਆਰਾਮ ਨਾਲ ਖੜਾ ਮੈਂ ਵੀ ਅੱਜ ਗਾੜ ਜਾ ਕਰਾਇਆ ਸੀ ਅੱਜ ਥੋੜ੍ਹਾ ਜਿਹਾ ਵੱਡਾ ਕਰਤਾ ਬੈਠ ਜਾ ਮੇਰੀਆਂ ਮੁੱਛਾਂ ਚੰਗੀਆਂ ਲਿਬੜਨੀਆਂ ਤਾਂ ਹੀ ਨਾ ਕਿ ਤਿੰਨ ਚਾਰ ਦੇ ਦੇ ਵੀਰ ਨੇ ਮੈਂ ਤਾਂ ਫੇਰ ਜਾ ਖਾਵਾਂ ਯਾਰ ਮੈਂ ਚੱਲੀਏ ਚਲੋ ਚੱਲੀਏ ਫਿਰ ਹੋਰ ਨਾ ਸਿਆਪਾ ਖੜਾ ਜੇ ਪਰਸੋਂ ਲੱਗ ਜਿਹੜੀ ਗੱਲ ਸੱਚੀ ਪੈਰੋਂ ਜੋੜਦੇ ਪੈ ਜਾਂਦੇ ਜੇ ਜਦੋਂ ਬੰਦਾ ਗਲਤ ਨਾ ਹੋਵੇ ਖੁਣੀਆਂ ਸਫਾਈਆਂ ਦੇ ਦੇ ਕਮਲਾ ਹੋ ਜਾਂਦਾ ਜਦੋਂ ਬੰਦਾ ਗਲਤ ਹੋਵੇ ਬੜਾ ਢੀਠ ਜਾ ਕੇ ਠੀਕ ਹੈ ਯਾਰ ਗਲਤੀ ਹੋ ਗਈ ਜਦੋਂ ਬੰਦਾ ਗਲਤ ਨਹੀਂ ਤਾਂ ਕਵੇ ਵੀ ਗਈ ਫਿਰ ਤੇ ਬਸ ਹੱਥ ਜੋੜਦੇ ਰਹੇ ਤੇ ਜਾਂ ਪੈਰ ਜੋੜ ਸਕਦਾ ਹੋਰ ਕੁਛ ਨਹੀਂ ਕਰ ਸਕਦਾ ਬੰਦਾ ਜਾਂ ਬੰਦਾ ਕੋਲ ਹੋਵੇ ਤੇ ਬੰਦਾ ਕਹਿ ਸਕਦਾ ਤਰਲਾ ਤਰਲਾ ਮਾਰ ਸਕਦਾ ਚੱਲ ਤੈਨੂੰ ਘੁਮਾ ਲਿਆ ਬੰਦਾ ਕੋਈ ਕੋਈ ਪਿਆ ਲਿਆ ਚਲੋ ਚਲੀ ਕੋਠੇ ਤੇ ਥੱਲੇ ਚਵਾਦਾ ਜਗਾੜ ਜਾ ਤਾਂ ਹੀ ਤੈਨੂੰ ਚੀਜ਼ ਨਹੀਂ ਲੈ ਕੇ ਦੇਖਦੀ ਆ ਵੀ ਮੈਂ ਕਿੱਦਾਂ ਸੋਹਣਾ ਸਿਫੜੇ ਸਵਾਦ ਹੀ ਬੜਾ ਵਾ ਮੇਰੀ ਰੀਸ ਕਰਦਾ ਡੱਬੇ ਰੱਖੋ ਅੰਦਰ ਇੱਥੇ ਬਾਹਰ ਰੱਖੇ ਆ ਕਦੇ ਵਾਲੇ ਪਹਿਲਾਂ ਇਹਦੇ ਵੇਖੋ ਸਾਲੇ ਹੋ ਲੈ ਵੀ ਮਿੱਤਰਾ ਪਹੁੰਚ ਗਈ ਯਾਰ ਹੁਣੀ ਘਰੇ ਗਏ ਸਵੇਰੇ 8 ਵਜੇ ਰਾਤ 12 ਵਜੇ ਪਹੁੰਚੇ ਤੇ ਪਰ ਆਹ ਜਿਹੜੀ ਚੀਜ਼ ਖਾਣ ਦਾ ਨਜ਼ਾਰਾ ਨਾ ਓਏ ਹੋਏ 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 ਕਾਹਨੂੰ ਗੱਲਾਂ ਹੀ ਆਉਣੀਆਂ ਮਿੱਤਰ ਇੱਧਰ ਇੱਥੇ ਆਈਸਕ੍ਰੀਮ ਆ ਕੇਲਾ ਆ ਓਏ ਹੋਏ 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 ਮੈਂ ਨਾ ਗੁਰੂਆ ਵੇਖ ਵੇਖ ਸਵਾਦ ਆਈ ਨਾ ਖਾ ਕੇ ਕੀ ਬਣੂਗਾ ਮਨੇ ਫੋਨ ਚਾਹ ਲਾਈਏ ਅੱਜ ਲਿਆਈ ਫੜਗਾ ਵੀ ਮਿੱਤਰੋ ਮਿਲਦੇ ਹਾਂ ਸਵੇਰੇ ਨਵੇਂ ਬਲੌਗ ਦੇ ਨਾਲ ਵੇਖੋ ਕੀ ਬਣਦਾ ਸਵੇਰੇ ਸ਼ਹਿਰ ਦੇ ਪਿੰਡ ਵਿੱਚ ਚਲ ਜਾਈਏ ਜੇ ਨਾ ਗਿਆ ਤਾਂ ਫਿਰ 2 ਦਿਨ ਇੱਥੇ ਹੀ ਆ ਤੁਹਾਨੂੰ 2 ਦਿਨ ਹੋਰ ਚੰਡੀਗੜ੍ਹ ਵਾਲੇ ਬਲੌਗ ਵਿਖਾਵਾਂਗੇ ਅਤੇ ਸੋ ਮਿਲੀ ਜਾਣ ਜਿਹੜੇ ਭਰਾ ਬਲੌਗ ਵੇਖ ਕੇ ਵਾਪਸ ਮੁੜ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਉਹ ਕਰ ਲਓ ਬਹੁਤ ਜ਼ਿਆਦਾ ਗਲਤ ਗੱਲ ਆ ਅਤੇ ਜਾਂਦੇ ਜਾਂਦੇ ਇੱਕ ਸੋਹਣਾ ਜਿਹਾ ਕਮੈਂਟ ਕਰ ਦਿਆ ਕਰੋ ਅਤੇ ਬਲੌਗ ਵੇਖਦੇ ਵੇਖਦੇ ਲਾਈਕ ਕਰਦਾ ਕਰੋ ਇੰਨਾ ਕੰਮ ਹੁੰਦਾ ਇੰਨਾ ਕੁ ਤੁਹਾਨੂੰ 2 ਦਿਨ ਕੰਮ ਦਿੱਤੇ ਵੀ ਨਿੱਕੇ ਨਿੱਕੇ ਜੀ ਮੈਂ ਲੋ ਸਾਰਾ ਦਿਨ ਫਿਰਦਾ ਰਹਿੰਦਾ ਫਿਰ ਕੇ ਬਲੌਗ ਬਣਾਉਣਾ ਪੈਂਦਾ ਅੱਜ ਮੇਰੇ ਨਾਲ ਦਾ ਇੱਕ ਵੀਰ ਕਹਿਣਾ ਕਹਿੰਦਾ ਕੰਮ ਯਾਰ ਵਾਹਵਾ ਜਿਹਾ ਔਖਾ ਮੈਂ ਹਾਂ ਯਾਰ ਬੋਲਣਾ ਸਾਰਾ ਦਿਨ ਕੈਮਰਾ ਫੜ ਕੇ ਕਰਕੇ ਵੇਖਿਓ ਲੋਕ ਨਹੀਂ ਤਾਂ ਹੀ ਲੋਕ 10 ਮਿੰਟ ਦਾ ਬਲੌਗ ਬਣਾਉਂਦੇ ਆ 10 ਮਿੰਟ ਕਦੇ ਕਿੰਨੇ ਕੁ ਹੁੰਦੇ ਆ ਚਾਰ ਮਿੰਟ 'ਚ 2 ਮਿੰਟ 'ਚ ਆਪਣੀ ਸ਼ੁਰੂਆਤ ਹੁੰਦੀ ਅਤੇ 2 ਮਿੰਟ 'ਚ ਆਪਣੀ ਐਂਡਿੰਗ ਹੁੰਦੀ ਬਲੌਗ ਦੀ ਘੱਟੋ ਘੱਟ ਵੀ ਹੈ ਨਾ ਅਤੇ ਲੋਕਾਂ ਦਾ 12 ਮਿੰਟਾਂ ਦਾ ਮਹਾਂ ਬਲੌਗ ਹੁੰਦਾ ਆਪਣਾ 40 ਮਿੰਟ 30 ਮਿੰਟ 30 ਮਿੰਟ ਤੋਂ ਘੱਟ ਕੋਈ ਹੋਵੇ ਭਾਵੇਂ ਹੈ ਨਾ ਜਿੱਦਣ ਬਾਹਲੇ ਬਿਜੀ ਹੋਈਏ ਬਣਾਇਆ ਨਾ ਗਿਆ ਉਹਨੇ 30 ਮਿੰਟ ਪਲੱਸ ਹੀ ਹੁੰਦੇ ਸਾਰੇ ਹੈ ਨਾ ਸੋ ਮੇਰੀ ਜਾਂ ਤੁਸੀਂ ਮਾੜਾ ਜਿਹਾ ਕਿੰਨੀ ਕਮੈਂਟ ਨਹੀਂ ਕਰ ਸਕਦੇ ਕੀ ਆਉਂਦਾ ਜਾਂਦੇ ਜਾਂਦੇ ਸਾਰਾ ਬਲੌਗ ਵੇਖਣ ਤੋਂ ਬਾਅਦ ਕਿੱਦਾਂ ਦਾ ਲੱਗਾ ਹੈ ਨਾ ਅਤੇ ਭਾਵੇਂ ਬਲੌਗ ਸਟਾਰਟ ਹੁੰਦੇ ਇੱਕ ਲਾਈਕ ਕਰਦਿਆ ਕਰੋ ਅਤੇ ਜਿਨ੍ਹਾਂ ਨੇ ਚੈਨਲ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਉਹਨਾਂ ਵੀ ਬਹੁਤ ਮਾੜੀ ਗੱਲ ਆ ਹੈ ਕਰ ਲਓ ਠੀਕ ਹੈ ਕਿਉਂਕਿ ਟਾਈਮਿੰਗ ਦੀ ਅੱਗੇ ਪਿੱਛੇ ਹੋ ਜਾਂਦਾ ਕੰਮ ਖਰਾਬ ਕਿਸੇ ਵੇਲੇ 11-12 ਵਜੇ 1 ਵਜੇ ਕਿਸੇ ਵੇਲੇ 5 ਵਜੇ ਸ਼ਾਮ ਨੂੰ ਕਿਸੇ ਵੇਲੇ 8 ਵਜੇ ਉਹਦਾ ਫਾਇਦਾ ਇੱਕ ਹੀ ਆ ਕਿ ਜਦੋਂ ਵੀ ਬਲੌਗ ਆਉਣਾ ਤੁਹਾਨੂੰ ਨੋਟੀਫਿਕੇਸ਼ਨ ਆ ਜਾਣੀ ਹੈ ਅਤੇ ਤੁਸੀਂ ਫਿਰ ਮਾਝੇ ਨਾਲ ਬਹਿ ਕੇ ਵੇਖ ਸਕਦੇ ਜੀ ਤੁਹਾਨੂੰ ਫਿਰ ਪੁੱਛਣ ਦੀ ਲੋੜ ਨਹੀਂ ਨਾ ਮੈਨੂੰ ਕਈ ਵੀਰ ਮੈਸੇਜ ਕਰ ਦਿੰਦੇ ਸਨੈਪਚੈਟ 'ਤੇ ਬਾਈ ਬਲੌਗ ਕਦੋਂ ਆਉਣਾ ਜੇ ਸਬਸਕ੍ਰਾਈਬ ਕਰਕੇ ਰੱਖੋ ਫਿਰ ਤੁਹਾਨੂੰ ਪੁੱਛਣਾ ਨਹੀਂ ਪੈਣਾ ਕੋਈ ਨਹੀਂ ਜਦੋਂ ਆਊਗਾ ਨੋਟੀਫਿਕੇਸ਼ਨ ਆ ਹੀ ਜਾਣੀ ਅਤੇ ਬਾਕੀ ਜਾਣ ਮੇਰੀ ਹੈ ਇੰਸਟਾਗ੍ਰਾਮ 'ਤੇ ਸਨੈਪਚੈਟ 'ਤੇ ਲਿੰਕ ਪਾਇਆ ਵਾ ਹੈ ਨਾ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਅਤੇ ਬਲੌਗ ਦੇ ਐਂਡਿੰਗ ਦੇ ਵਿੱਚ ਸਕਰੀਨਸ਼ੋਟ ਪਾਏ ਆਈ ਡੀ ਦੇ ਹੈ ਨਾ ਅਤੇ ਉੱਥੇ ਵੀ ਕੁਛ ਨਾ ਕੁਛ ਵੀਡੀਓ ਵਗੈਰਾ ਅੱਜ ਤਾਂ ਬਣਾ ਕੇ ਲਿਆਏ ਸੀ ਵੀਡੀਓ ਗੱਡੀ ਗੁੱਡੀ ਵਾਲੀਆਂ ਰਾਤ ਨੂੰ ਅਤੇ ਉਹ ਪਾਵਾਂਗੇ ਇੰਸਟਾਗ੍ਰਾਮ 'ਤੇ ਬੜੀ ਵਧੀਆ ਵੀਡੀਓ ਨਿਕਲੀਆਂ ਉਹਦੇ 'ਚ ਘੱਟੋ ਘੱਟ ਵੀ 5-7 ਵੀਡੀਓ ਨਿਕਲ ਜਾਣੀਆਂ ਬੜੀਆਂ ਸੋਹਣੀਆਂ ਸੋਹਣੀਆਂ ਬਸ ਇਹ ਕਿ ਉਹਦੇ ਉੱਤੇ ਗਾਣਾ ਨਹੀਂ ਲੱਭਣ ਡਿਆ ਲਾਉਣ ਨੂੰ ਹੈ ਨਾ
ਰੀਲਾਂ ਬਥੇਰੀਆਂ ਵੇਖਦੇ ਰਹੀਦਾ, ਪਰ ਕਈ ਨਾ ਕੋਈ ਚੀਜ਼ ਕਿਸੇ ਗਾਣੇ ਮਤਲਬ ਕਿ ਵੀਡੀਓ ਦੇ ਨਾਲ ਮਿਕਸ ਮੈਚ ਜਾਂ ਨਹੀਂ ਕਰਦਾ, ਹੈ ਨਾ ਉਹ ਧੱਕੇ ਨਾ ਕੋਈ ਗਾਣਾ ਲਾਉਣਾ ਪੈਂਦਾ, ਫਿਰ ਉਹ ਗੱਲ ਜੀ ਨਹੀਂ ਬਣਦੀ। ਸੋ ਵੀਡੀਓ ਨੀਂਦ ਆਉਣ ਲਈ ਯਾਰਾਂ ਨੂੰ ਮਿਲਦੇ ਹਾਂ, ਬਾਏ ਬਾਏ, ਲਵ ਯੂ, ਜੀਂਦੇ ਵਾਸਤੇ ਰਹੋ, ਨਜ਼ਾਰੇ ਲਓ, ਬਾਏ ਬਾਏ।